غافل بے نظر بے باک بد بخت خمچو بخیل غافل بے نظر بے باک نانک بگوید جن ترا تیرے چاکراں پا خاک نانک بگوید جن ترا تیرے چاکراں پا خاک پرم سنمان یوگ صاحب شری گرو گرنتھ صاحب سچے پاتشاہ مہاراج جی دی پاون پوتر حضوری اندر مہاپرکھان دی بیالمی برسی دی یاد اندر جو پچھلے دنوں تو وشیش گرمت روحانی دیوان سج رہے نے ਇਹਨਾਂ ਵਿਸ਼ੇਸ਼ ਗੁਰਮਤ ਦੀਵਾਨਾਂ ਦੀ ਆਪ ਜੀ ਹਾਜ਼ਰੀ ਭਰ ਰਹੇ ਹੋ ਅਤਿ ਸਨਮਾਨਯੋਗ ਸਿੰਘ ਸਾਹਿਬ ਗਿਆਨੀ ਇਕਬਾਲ ਸਿੰਘ ਜੀ ਜਥੇਦਾਰ ਸ਼੍ਰੀ ਹਰਿਮੰਦਰ ਜੀ ਪਟਨਾ ਸਾਹਿਬ ਤਖਤ ਸ਼੍ਰੀ ਹਰਿਮੰਦਰ ਜੀ ਪਟਨਾ ਸਾਹਿਬ ਆਪ ਜੀ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾ ਕੇ ਗਏ ਔਰ ਖਾਸ ਕਰਕੇ ਉਹਨਾਂ ਇੱਕ ਸ਼ਬਦ ਸੰਯਮ 'ਤੇ ਬਹੁਤ ਜ਼ੋਰ ਦਿੱਤਾ ਹੈ। ਹੁਣੀ ਆਪ ਜੀ ਸਨਮਾਨਯੋਗ ਬਾਬਾ ਸੇਵਾ ਸਿੰਘ ਜੀ ਬਹੁਤ ਹੀ ਰਸ ਭਿੰਨੀ ਆਵਾਜ਼ ਵਿੱਚ ਅੰਦਰ ਦੇ ਟਕਾ ਰਾਹੀਂ ਦੋ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਕੀਰਤਨ ਰੂਪ ਵਿੱਚ ਸਾਨੂੰ ਸਰਵਣ ਕਰਾਏ ਨੇ। ਹੁਣੇ ਅਸੀਂ ਸ਼ਬਦ ਸਰਵਣ ਕਰ ਰਹੇ ਸਾਂ, ਜਨਮ ਮਰਨ ਦੁਹੂ ਮੈਂ ਨਾਹੀ, ਜਨ ਪਰ ਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ ਖਾਰਸਿਓ ਲੈਣ ਮਿਲਾਏ। ਅਰਥ ਬੜੇ ਸਰਲ ਨੇ ਕਿ ਨਾਮ ਜਪਣ ਵਾਲੀਆਂ ਰੂਹਾਂ ਜੇ ਇਸ ਮ੍ਰਿਤ ਮੰਡਲ 'ਤੇ ਆਉਂਦੀਆਂ ਨੇ, ਸਰੀਰ ਕਾਰਜ ਸਿੱਧੀ ਲਈ ਧਾਰਨ ਕੀਤਾ,
ਉਹਨਾਂ ਉੱਤੇ ਜਨਮ ਤੇ ਮਰਨ ਦਾ ਕਾਇਦਾ ਕਾਨੂੰਨ ਲਾਗੂ ਨਹੀਂ ਹੁੰਦਾ। ਉਹ ਪਰਉਪਕਾਰ ਵਾਸਤੇ ਆਏ ਨੇ ਤੇ ਕਿਹੜਾ ਪਰਉਪਕਾਰ ਕਰਨ ਆਏ ਆ? ਉੱਥੇ ਮਹਾਰਾਜ ਦੋ ਬਚਨ ਕਹਿ ਰਹੇ ਨੇ, ਇੱਕ ਤਾਂ ਉਹ ਧਰਤੀ ਦੇ ਮਾਨਵ ਨੂੰ ਮਨੁੱਖ ਨੂੰ ਜੀ ਦਾਨ ਦੇਣ ਆਏ ਆ, ਪਰਮਾਤਮਾ ਦੀ ਭਗਤੀ ਨਾਲ ਜੋੜ ਕੇ ਪ੍ਰਭੂ ਤੋਂ ਵਿਛੁੰਨਿਆ ਹੋਇਆਂ ਨੂੰ ਦੁਬਾਰਾ ਪਰਮਾਤਮਾ ਨਾਲ ਜੋੜਨ ਵਾਸਤੇ ਆਉਂਦੇ ਆ। ਅਸੀਂ ਹੁਣੇ ਬਚਨ ਸੁਣੇ ਕਿ ਜਨ ਪਰਉਪਕਾਰੀ ਆਏ, ਜਨਮ ਮਰਨ ਦੋਹੋਂ ਮੈਂ ਨਾਹੀ, ਜਨ ਪਰਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ ਖਰਸ਼ੋਂ ਲੈਣ ਮਿਲਾਏ। ਇਸ ਤੋਂ ਪਹਿਲਾਂ ਜਿਹੜਾ ਸ਼ਬਦ ਬਾਬਾ ਜੀ ਨੇ ਗਾਇਨ ਕੀਤਾ ਉਹ ਸੁਖਮਨੀ ਸਾਹਿਬ ਦਾ ਪਦਾ ਸੀ ਕਿ ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਹਿਰਦੈ ਭਗਵੰਤ। ਆਓ ਉਸੇ ਬਚਨ ਨੂੰ ਆਧਾਰ ਬਣਾ ਕੇ ਆਪ ਜੀ ਦੇ ਸਨਮੁਖ ਕੁਛ ਬੇਨਤੀਆਂ ਕਰ ਸਕਾਂ, ਕਿਉਂਕਿ ਰਾਤ ਦੇ ਦੀਵਾਨ ਵਿੱਚ ਵੀ ਕੁਦਰਤੀ ਤੌਰ 'ਤੇ ਦਾਸ ਤੋਂ ਪਹਿਲਾਂ ਜੋ ਜਥਾ ਕੀਰਤਨ ਕਰ ਰਿਹਾ ਸੀ ਉਹਨਾਂ ਨੇ ਪਦਾ ਪੜਿਆ ਕਿ ਜਿਸ ਵੱਖਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਕਰ ਪਾਇਆ। ਆਓ ਇਸ ਅੰਮ੍ਰਿਤ ਬਚਨ ਨੂੰ ਇਹਦੇ ਅਰਥ ਇਹਦੇ ਭਾਵ ਅਰਥ ਇਸ ਦੀ ਵਿਚਾਰ ਆਪਾਂ ਕਰ ਸਕੀਏ। ਆਪ ਜਿਤਨੇ ਹਜ਼ੂਰ ਦੇ ਚਰਨਾਂ ਵਿੱਚ ਇਕੱਤਰ ਹੋਏ ਹੋ ਜਾਂ ਦੇਸ਼ ਵਿਦੇਸ਼ ਵਿੱਚ ਆਪ ਜੀ ਮੀਡੀਏ ਰਾਹੀਂ ਅੰਮ੍ਰਿਤ ਬੋਲ ਇੱਥੋਂ ਦਾ ਸਮਾਗਮ ਸਰਵਣ ਕਰ ਰਹੇ ਹੋ, ਦੇਖ ਰਹੇ ਹੋ, ਅਸੀਸ ਬਖਸ਼ੋ, ਗੁਰੂ ਬਖਸ਼ੀ ਫਤਿਹ ਸਵੀਕਾਰ ਕਰੋ ਔਰ ਉਚਾਰਨ ਕਰੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਸਿੱਖ ਵਾਸਤੇ ਉਹ ਪਰਮ ਸੱਚ ਹੈ। ਇਸ ਤੋਂ ਉੱਪਰ ਸਿੱਖ ਵਾਸਤੇ ਹੋਰ ਕੋਈ ਵਿਚਾਰ ਨਹੀਂ। ਔਰ ਖਾਸ ਕਰਕੇ ਗੁਰੂ ਅਮਰਦਾਸ ਜੀ ਦੇ ਬੋਲ ਨੇ ਕਿ ਸਤਿਗੁਰੂ ਕੀ ਬਾਣੀ ਇਹ ਸ਼੍ਰੋਮਣੀ ਹੈ, ਇਸ ਬਾਣੀ ਤੋਂ ਉੱਪਰ ਕੁਛ ਨਹੀਂ। ਰਾਤ ਵੀ ਦਾਸ ਨੇ ਅਰਜ਼ ਕੀਤੀ ਸੀ ਹਜ਼ੂਰ ਦੇ ਬਚਨ ਨੇ, ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ। ਉਂਝ ਕੱਲਾ ਬਾਣੀ ਸ਼ਬਦ ਵੀ ਬਾਣੀ ਵਿੱਚ ਆਇਆ ਹੈ। ਬਾਣੀ ਸ਼ਬਦ ਸੰਸਕ੍ਰਿਤ ਦੇ ਬਾਣੀ ਸ਼ਬਦ ਤੋਂ ਬਣਿਆ ਹੈ। ਬਾਣੀ ਦਾ ਅਰਥ ਹੈ ਆਵਾਜ਼। ਪਰ ਮਹਾਰਾਜ ਜੀ ਨੇ ਇੱਕ ਕਿਰਪਾ ਕੀਤੀ, ਇਕੱਲੀ ਬਾਣੀ ਦਾ ਜ਼ਿਕਰ ਵੀ ਕੀਤਾ ਪਰ ਨਾਲ ਸ਼ਬਦ ਜ਼ਰੂਰ ਜੋੜੇ। ਜਿਵੇਂ ਧੁਰ ਕੀ ਬਾਣੀ ਆਈ, ਇਕੱਲਾ ਬਾਣੀ ਨਹੀਂ ਵਰਤਿਆ, ਨਾਲ ਧੁਰ ਸ਼ਬਦ ਵਰਤਿਆ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਬਾਣੀ ਨਾਲ ਸ਼ਬਦ ਅੰਮ੍ਰਿਤ ਜੋੜਿਆ। ਜਾਂ ਸਤਿਗੁਰੂ ਕੀ ਬਾਣੀ ਸੱਤ ਸੱਤ ਕਰ ਜਾਣੋ ਗੁਰ ਸਿੱਖੋ, ਬਾਣੀ ਨਾਲ ਸਤ ਗੁਰੂ ਸ਼ਬਦ ਜੋੜਿਆ। ਉਂਝ ਯਾਦ ਰੱਖੋ ਬਾਣੀ ਦਾ ਲਫਜ਼ੀ ਅਰਥ ਸਿਰਫ ਵੀ ਆਵਾਜ਼ ਹੈ, ਬਾਣੀ ਸੱਚੀ ਵੀ ਹੈ ਅਤੇ ਬਾਣੀ ਝੂਠੀ ਵੀ ਹੈ। ਫਿਰ ਬੇਨਤੀ ਸੁਣਿਓ, ਤਾਂ ਵੇਰਵਾ ਪਾਇਆ ਜਿੱਥੇ ਸਤਿਗੁਰੂ ਬਾਣੀ ਸ਼ਬਦ ਕਹਿੰਦੇ ਆ
ਉਸ ਨਾਲ ਸਤਿਗੁਰੂ ਧੁਰ ਖਸਮ ਕੀ ਬਾਣੀ ਸ਼ਬਦ ਵਰਤਦੇ ਆ, ਪਰ ਨਾਲ ਬਾਣੀ ਝੂਠੀ ਵੀ ਹੋ ਸਕਦੀ ਹੈ, ਜਿਵੇਂ ਸਤਿਗੁਰੂ ਦੇ ਬਚਨ ਨੇ ਕਿ ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਵਾਜੋਂ ਹੋਰ ਕੱਚੀ ਬਾਣੀ, ਜਿਸ ਬੋਲ ਵਿੱਚ ਗੁਰੂ ਦਾ ਜ਼ਿਕਰ ਹੀ ਨਹੀਂ ਸੱਚ ਇਵੇਂ ਉਹ ਬੋਲ ਕੱਚਾ ਹੈ, ਉਹ ਥੋਥਾ ਹੈ। ਬੇਨਤੀ ਜਿਹੜੀ ਦਾਸ ਕਰਨ ਲੱਗਾ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਗੁਰਬਾਣੀ 'ਚ ਰਾਤ ਵੀ ਅਰਜ਼ ਕੀਤੀ ਸੁਖਮਨੀ ਸਾਹਿਬ ਬਾਰੇ, ਹੁਣੇ ਜਦੋਂ ਬਾਬਾ ਜੀ ਸ਼ਬਦ ਪੜ੍ਹ ਰਹੇ ਸਨ, ਜੋ ਜਾਣੈ ਤਿਸ ਸਦਾ ਸੁਖ ਹੋਏ, ਆਪ ਮਿਲਾਏ ਲਏ ਪ੍ਰਭ ਸੋਹੇ। ਜੋ ਜਾਣੈ, ਜਾਣੈ ਦਾ ਅਰਥ ਹੈ ਜਿਸ ਨੇ ਜਾਣ ਲਿਆ, ਜਿਸ ਦੀ ਪਹਿਚਾਣ ਪਰਮਾਤਮਾ ਨਾਲ ਹੋ ਗਈ, ਜਿਹੜਾ ਪਰਮੇਸ਼ਵਰ ਜੀ ਦਾ ਭੇਦੂ ਹੋ ਗਿਆ। ਮਹਾਰਾਜ ਕਹਿੰਦੇ ਨੇ ਜੋ ਜਾਣੈ, ਜਿਸ ਨੇ ਪਾਰ ਬ੍ਰਹਮ ਪਰਮੇਸ਼ਵਰ ਨੂੰ ਜਾਣ ਲਿਆ, ਉਹਦੇ ਅੰਤਰ ਆਤਮੇ ਸਦੀਵ ਸੁੱਖ ਹੈ, ਸਦਾ ਸੁੱਖ ਵਿੱਚ ਹੈ। ਜੋ ਜਾਣੈ ਤੇ ਸਦਾ ਸੁੱਖ ਹੋਏ, ਆਪ ਮਿਲਾਏ ਲੈ ਪ੍ਰਭ ਸੋਏ। ਪਰਿਪੂਰਨ ਪਰਮਾਤਮਾ ਜਿਹੜਾ ਉਹਦੇ ਨਾਲ ਪਹਿਚਾਣ ਬਣਾ ਲੈ, ਉਹਦੇ ਨਾਲ ਸਾਂਝ ਬਣਾ ਲੈ, ਪਰਮਾਤਮਾ ਉਹਨੂੰ ਆਪਣੇ ਵਿੱਚ ਅਭੇਦ ਕਰ ਲੈਂਦਾ ਹੈ। ਜੋ ਅਸੀਂ ਸੁਣਿਆ ਪਾਠ, ਆਪ ਮਿਲਾਏ ਲੈ ਪ੍ਰਭ ਸੋਏ, ਅੱਗੇ ਤਿੰਨ ਬਚਨ ਨੇ, ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਰਿਦਾ ਹੈ ਭਗਵੰਤ, ਜਿਹਨੂੰ ਆਪਣੇ ਨਾਲ ਮਿਲਾ ਲਿਆ। ਪਹਿਲਾ ਸ਼ਬਦ ਗੁਰੂ ਅਰਜਨ ਸਾਹਿਬ ਕਹਿੰਦੇ ਨੇ, ਪ੍ਰਭੂ ਦੇ ਨਾਮ ਵਿੱਚ ਆਤਮਕ ਸੁੱਖ ਵਿੱਚ ਲੀਨ ਪਰਮ ਆਤਮਾ, ਪਰਮਾਤਮਾ ਵਿੱਚ ਲੀਨ ਆਤਮਾ, ਸਭ ਤੋਂ ਪਹਿਲਾ ਸ਼ਬਦ ਉਹ ਧਨਵੰਤ ਹੈ, ਦੂਜਾ ਸ਼ਬਦ ਉਹ ਕੁਲਵੰਤ ਹੈ, ਤੀਸਰਾ ਸ਼ਬਦ ਮਹਾਰਾਜ ਵਰਤਦੇ ਨੇ ਉਹ ਪਤਵੰਤ ਹੈ। ਅਖਰੀ ਅਰਥ ਬੜੇ ਸਰਲ ਨੇ। ਧਨਵੰਤ ਦਾ ਅਰਥ ਹੈ ਜਿਹੜਾ ਧਨਾਢ ਹੈ, ਧਨੀ ਪੁਰਸ਼, ਧਨ ਦਾ ਮਾਲਕ। ਕੁਲਵੰਤ ਦਾ ਅਰਥ ਜਿਸ ਦਾ ਉੱਚੇ ਘਰਾਣੇ ਵਿੱਚ ਜਨਮ ਹੋਇਆ ਹੋਵੇ, ਕੁਲ ਬੜੀ ਉੱਚੀ ਹੋਵੇ। ਤੀਸਰਾ ਬਚਨ ਹਜ਼ੂਰ ਦੀ ਬਾਣੀ 'ਚ ਪਤਵੰਤ, ਪਤਵੰਤ ਪਤ ਦਾ ਲਫ਼ਜ਼ੀ ਅਰਥ ਹੈ ਇੱਜ਼ਤ। ਇੱਜ਼ਤਦਾਰ ਉਹ ਹੈ ਕੌਣ? ਜਿਸ ਨੇ ਪਰਿਪੂਰਨ ਪਰਮਾਤਮਾ ਨੂੰ ਜਾਣ ਲਿਆ ਹੈ। ਇਹਨਾਂ ਤਿੰਨ ਸ਼ਬਦਾਂ ਸੰਬੰਧੀ ਮੈਂ ਥੋੜ੍ਹੀ ਅਰਜ਼ ਕਰ ਦਿੰਦਾ, ਉਹ ਧਨਵੰਤ ਕੁਲਵੰਤ ਪਤਵੰਤ। ਚੌਥਾ ਸ਼ਬਦ ਕਹਿ ਦਿੱਤਾ ਜੀਵਨ ਮੁਕਤ ਜਿਸ ਹਿਰਦੇ ਭਗਵੰਤ, ਜਿਸ ਦੇ ਹਿਰਦੇ ਵਿੱਚ ਭਗਵੰਤ ਜੀ ਦਾ ਨਿਵਾਸ ਹੈ ਉਹ ਜੀਵਨ ਮੁਕਤ ਹੈ। ਥੋੜ੍ਹਾ ਜਿਹਾ ਆਓ ਬਾਣੀ 'ਚੋਂ ਅਸੀਂ ਦੇਖਾਂਗੇ, ਇਹ ਜਿਹੜੇ ਸ਼ਬਦ ਜਿੰਨੇ ਵਰਤੇ, ਧਨਵੰਤ ਕੁਲਵੰਤ ਪਤਵੰਤ, ਗੁਰੂ ਗ੍ਰੰਥ ਸਾਹਿਬ 'ਚ ਇਹਨਾਂ ਸ਼ਬਦਾਂ ਨੂੰ ਨਿਗੁਣੇ ਵੀ ਮੰਨਿਆ ਹੈ। ਇੱਕ ਮਹਾਰਾਜ ਜੀ ਦਾ ਪਵਿੱਤਰ ਬਚਨ ਹੈ ਜੀ ਸਤਿਗੁਰੂ ਜੀ ਦਾ, ਉਸ ਵਿੱਚ ਸਾਰੇ ਗਿਣੇ ਨੇ, ਧਨ ਵੀ ਗਿਣਿਆ, ਕੁੱਲ ਵੀ ਗਿਣੀਏ, ਇੱਜ਼ਤ ਵੀ ਗਿਣੀਏ, ਗਿਆਨ ਵੀ ਗਿਣਿਆ, ਪਰ ਸਾਰੇ ਗੁਣਾਂ ਦਾ ਜ਼ਿਕਰ ਕਰਕੇ ਕਿਹਾ ਭਾਵੇਂ ਬੰਦੇ ਕੋਲ ਇਹ ਸਭ ਕੁਝ ਹੈ, ਜਿਸ ਅੰਦਰ ਪਰਮਾਤਮਾ ਦੀ ਪ੍ਰੀਤ ਨਹੀਂ ਉਹ ਬੰਦਾ ਮੁਰਦਾ ਹੈ। ਦੋਨਾਂ ਬਚਨਾਂ ਨੂੰ ਸਾਹਮਣੇ ਰੱਖ ਕੇ ਦੇਖੋ, ਇੱਥੇ ਸ਼ਬਦ ਆਇਆ ਉਹ ਧਨਵੰਤ ਕੁਲਵੰਤ ਪਤਵੰਤ, ਅਤੇ ਬਾਣੀ 'ਚ ਇੱਕ ਬਚਨ ਆਉਂਦਾ ਅਤਿ ਸੁੰਦਰ ਕੁਲੀਨ ਚਤੁਰ ਮੁੱਖ ਗਿਆਨੀ ਧਨਵੰਤ। ਮਹਾਰਾਜ ਕਹਿੰਦੇ ਮ੍ਰਿਤਕ ਕਹੀਆਂ ਨਾਨਕਾ ਜੈ ਪ੍ਰੀਤ ਨਹੀਂ ਭਗਵੰਤ। ਜਦੋਂ ਇਹ ਦੋ ਬਚਨ ਸਾਹਮਣੇ ਆ ਰਹੇ ਆ, ਸਤਿਗੁਰੂ ਕਹਿੰਦੇ ਨੇ ਅੱਤ ਦਾ ਸੋਹਣਾ,
ਤੇ ਅਤ ਲਫਜ ਸਾਰੀਆਂ ਥਾਵਾਂ ਤੇ ਲਾ ਦੇਣਾ। ਅਤ ਸੁੰਦਰ ਕੁਲੀਨ, ਜਿਹਦੀ ਕੁੱਲ ਬੜੀ ਉੱਚੀ ਹੋਵੇ, ਅਤ ਦਾ ਸੋਹਣਾ ਕੁੱਲ ਉੱਚੀ ਧਨਾੜ ਹੋਵੇ, ਅਤ ਸੁੰਦਰ ਕੁਲੀਨ ਚਤੁਰ ਇੰਨਾ ਕੁ ਚਲਾਕ ਹੋਵੇ, ਗੱਲਾਂ ਵਿੱਚ ਸਾਰੇ ਲੋਕਾਂ ਨੂੰ ਘੁਮਾ ਕੇ ਰੱਖਦਾ, ਚਲਾਕੀ ਹੈ ਨਾ। ਪਰ ਇੱਕ ਮੈਂ ਬੇਨਤੀ ਕਰਾਂਗਾ, ਚਲਾਕ ਬੰਦਾ ਲਫਜ਼ੀ ਗਿਆਨੀ ਹੋ ਸਕਦਾ ਹੈ, ਚਲਾਕ ਬੰਦਾ ਆਤਮ ਰਸੀਆ ਨਹੀਂ ਹੋ ਸਕਦਾ। ਸੱਚ ਹੈ, ਚਤੁਰਾਈ ਵਾਲਾ ਬੰਦਾ ਚਲਾਕੀ ਨਾਲ ਦੁਨੀਆਂ ਵਿੱਚ ਥਾਂ ਬਣਾ ਸਕਦਾ ਹੈ, ਪਰ ਚਤੁਰਾਈ ਵਾਲਾ ਬੰਦਾ ਪਰਮਾਤਮਾ ਨੂੰ ਨਹੀਂ ਪਾ ਸਕਦਾ। ਇਹਨੂੰ ਧਿਆਨ ਨਾਲ ਸੁਣਿਓ, ਚਤੁਰਾਈ ਅਤੇ ਸਿਆਣਪ, ਜਿਵੇਂ ਮਹਾਰਾਜ ਦੇ ਅਸੀਂ ਬਚਨ ਪੜ੍ਹਦੇ ਹਾਂ, ਰੇ ਜਨ ਮਨ ਮਾਧੋ ਸਿਉਂ ਲਾਈਐ, ਚਤੁਰਾਈ ਨਾ ਚਤੁਰ ਪੁੱਜ ਪਾਈਐ। ਇਹ ਮਨ ਚੰਚਲਾ ਚਤੁਰਾਈ ਕਿਨ੍ਹਾਂ ਨਾ ਪਾਇਆ, ਚਤੁਰਾਈ ਨਾਲ ਕੋਈ ਨਹੀਂ ਪਾ ਸਕਿਆ ਉਸਨੂੰ। ਮੈਂ ਬੇਨਤੀ ਕਰਾਂਗਾ, ਅਤ ਦਾ ਸੋਹਣਾ, ਅਤ ਦਾ ਚਲਾਕ, ਅਤ ਸੁੰਦਰ ਕੁਲੀਨ ਚਤੁਰ ਮੁੱਖ ਗਿਆਨੀ, ਜ਼ਬਾਨ ਤੋਂ ਰੱਜ ਕੇ ਗਿਆਨ ਦੀਆਂ ਗੱਲਾਂ ਦੇਣ ਵਾਲਾ ਮੁੱਖ ਗਿਆਨੀ ਧਨਵੰਤ, ਮ੍ਰਿਤਕ ਕਹੀਆਂ ਨਾਨਕਾ ਜੈ ਪ੍ਰੀਤ ਨਹੀਂ ਭਗਵੰਤ। ਇੱਥੇ ਮਹਾਰਾਜ ਕਹਿੰਦੇ ਨੂੰ ਧਨਵੰਤ ਹੋ ਗਿਆ, ਉੱਥੇ ਧਨਵੰਤ ਨੂੰ ਮੁਰਦਾ ਕਿਹਾ। ਇਸ ਨੁਕਤੇ ਨੂੰ ਥੋੜ੍ਹਾ ਜਿਹਾ ਬੇਨਤੀ ਕਰਾਂਗਾ, ਰਾਤ ਵੀ ਧਨ ਦੀ ਗੱਲ ਚੱਲੀ, ਜਿਸ ਵੱਖਰ ਕੋ ਲੈਣ ਤੂੰ ਆਇਆ। ਇੱਕ ਧਨਕ ਹੈ ਬਾਹਰ ਦਾ ਗੁਰਮੁਖੋ, ਇੱਕ ਧਨਕ ਹੈ ਰੂਹਾਨੀਅਤ ਦਾ। ਕੋਈ ਜ਼ਰੂਰੀ ਨਹੀਂ ਜਿਸ ਕੋਲ ਰੂਹਾਨੀਅਤ ਦਾ ਧਨ ਹੋਵੇ ਉਹ ਉੱਚੀ ਪਦਵੀ 'ਤੇ ਵੀ ਵਿਰਾਜਮਾਨ ਹੋਵੇ ਸੰਸਾਰੀ ਤੌਰ 'ਤੇ। ਗੁਰੂ ਗ੍ਰੰਥ ਸਾਹਿਬ 'ਚ ਬੜੇ ਸ਼ਬਦ ਨੇ, ਕਬੀਰ ਸਾਹਿਬ ਕੋਲ ਨਾਮ ਧਨਕ ਹੈ, ਪਰ ਹਕੀਕਤ 'ਤੇ ਵੀ ਕਬੀਰ ਸਾਹਿਬ ਦੇ ਘਰ ਵਿੱਚ ਇੱਕ ਵਕਤ ਦੀ ਰੋਟੀ ਵੀ ਮੁਸ਼ਕਲ ਨਾਲ ਪੱਕਦੀ ਹੈ। ਮੈਂ ਇਤਿਹਾਸ 'ਚੋਂ ਨਹੀਂ, ਬਾਣੀ 'ਚ ਇੱਕ ਬਚਨ ਹੁੰਦਾ ਕਿ ਸੁਣੋ ਜਠਾਨੀ ਸੁਣੋ ਦਰਾਨੀ ਅਚਰਜ ਏਕ ਭਇਓ। ਮਾਂ ਕਹਿੰਦੀ ਬਈ ਜਠਾਣੀਆਂ ਦਰਾਣੀਆਂ ਨੂੰ, ਸੁਣੋ ਜਠਾਨੀ ਸੁਣੋ ਦਰਾਨੀ ਅਚਰਜ ਏਕ ਭਇਓ, ਸਾਤ ਸੋਤ ਇਨ ਮੁੰਡੀਅਨ ਖੋਏ, ਇਹ ਮੁੰਡਿਆ ਕਿਉਂ ਨਾ ਮਿਓ। ਉਹਦੇ ਵਿੱਚ ਇੱਕ ਬਚਨ ਹੈ, ਇੱਕ ਦੋ ਮੰਦਰ ਇੱਕ ਦੋ ਬਾਟ, ਇਹਨੂੰ ਸੁਣਿਓ। ਕਬੀਰ ਸਾਹਿਬ ਦਾ ਪਿਆਰ ਹੈ ਸਾਧੂਆਂ ਨਾਲ, ਅਤੇ ਕੁਦਰਤੀ ਤੌਰ 'ਤੇ ਜਿਹੜਾ ਰੂਹਾਨੀਅਤ ਦੇ ਮਾਰਗ 'ਤੇ ਚੱਲੇਗਾ ਉਹ ਰੂਹਾਨੀਅਤ ਨੂੰ ਪਿਆਰ ਕਰਨ ਵਾਲਿਆਂ ਨੂੰ ਪਿਆਰ ਜ਼ਰੂਰ ਕਰੇਗਾ। ਮੈਂ ਕਹਿੰਦਾ ਕੁਛ ਵੀ ਕਮਾਈ ਨਹੀਂ ਨਾ ਕਰ ਸਕਦੇ, ਘੱਟੋ ਘੱਟ ਆਪਣੇ ਹਿਰਦੇ ਅੰਦਰ ਇਹ ਭਾਵਨਾ ਬਣਾ ਲਿਓ ਕਿ ਬੰਦਗੀ ਕਰਨ ਵਾਲਿਆਂ ਲਈ ਅਦਬ ਵਰਤਣਾ ਹੈ। ਇੰਨੀ ਕਮਾਈ ਹੀ ਬੰਦੇ ਦਾ ਪਾਰ ਉਤਾਰਾ ਕਰ ਜਾਂਦੀ ਹੈ, ਸਿਰਫ ਅਦਬ ਹੀ ਪੈਦਾ ਹੋ ਜਾਏ। ਗੁਰੂ ਗ੍ਰੰਥ ਸਾਹਿਬ 'ਚ ਬੜੇ ਬਚਨ ਐਸੇ ਨੇ ਜੀ। ਮੈਂ ਫਿਰ ਅਰਜ਼ ਕਰਾਂਗਾ, ਕਬੀਰ ਸਾਹਿਬ ਕੋਲ ਦੁਨਿਆਵੀ ਧਨ ਕੋਈ ਨਹੀਂ, ਇੱਥੋਂ ਤੱਕ ਇੱਕ ਦੋ ਮੰਦਰ, ਮੰਦਰ ਦਾ ਲਫਜ਼ੀ ਅਰਥ ਹੈ ਜੀ ਉਹਨਾਂ ਦਾ ਘਰ। ਕਹਿੰਦੇ ਨੇ ਮੇਰੇ ਘਰ 'ਚ ਇਹ ਪ੍ਰੋਬਲਮ ਹੈ, ਇਹ ਘਰ 'ਚ ਕਲੇਸ਼ ਹੈ। ਇੱਕ ਦੋ ਬੰਦੇ ਸਾਧੂਆਂ ਨੂੰ ਘਰ ਲੈ ਆਉਂਦਾ ਮੰਦਰ ਵਿੱਚ, ਅਤੇ ਦੋ ਕੁ ਨੂੰ ਰਸਤੇ 'ਚ ਵਿਦਿਆ ਕਰਨ ਜਾਂਦਾ, ਵਿਦਿਆ ਕਰਨ ਜਾਂਦਾ, ਨਵਿਆਂ ਨੂੰ ਹੋਰ ਲੈ ਆਉਂਦਾ ਹੈ। ਇੱਕ ਦੋ ਮੰਦਰ ਇੱਕ ਦੋ ਬਾਟ, ਬਾਟ ਦਾ ਅਰਥ ਹੈ ਰਸਤਾ, ਰਸਤੇ 'ਤੇ ਲੈ ਆਉਂਦੇ। ਇੱਕ ਦੋ ਮੰਦਰ ਇੱਕ ਦੋ ਬਾਟ, ਹਮਕੋ ਸਾਥਰ ਉਨਕੋ ਖਾਟ। ਹੁਣ ਦੇਖੋ ਨਾਮ ਕਬੀਰ ਸਾਹਿਬ ਕੋਲ ਬੰਦਗੀ ਘੱਟ ਹੈ, ਮੁਸ਼ਕਲ ਇੱਥੋਂ ਵੇ ਇੱਕ ਪਰਿਵਾਰ ਕਰਿਆ, ਹਮਕੋ ਸਾਥਰ, ਸਾਥਰ ਦਰ ਅਤੇ ਸੱਥਰ ਜ਼ਮੀਨ 'ਤੇ ਪੈਣਾ। ਸਾਨੂੰ ਪਰਿਵਾਰ ਨੂੰ ਕਹਿੰਦਾ ਤੁਸੀਂ ਜ਼ਮੀਨ 'ਤੇ ਲੇਟ ਜਾਓ, ਉਨਕੋ ਖਾਟ ਜਿਹੜੀਆਂ ਦੋ ਮੰਜੀਆਂ ਨੇ ਉਹ ਵੀ ਸਾਧੂਆਂ ਨੂੰ ਦੇ ਦਿੰਦਾ। ਅਗਲਾ ਬਚਨ ਮੂੰਡ ਪਲੋਸ, ਭਾਵੇਂ ਇਹਦੇ ਅਰਥ ਕਈਆਂ ਨੇ ਇਹ ਕੀਤੇ ਨੈਗੇਟਿਵ ਸੈਂਸ 'ਚ ਕੀਤੇ ਵੀ ਉਹ ਸਾਧੂ ਆਉਂਦੇ ਨੇ ਸਿਰ ਦੇ ਉੱਤੇ ਹੱਥ ਮਾਰਦੇ ਟਿੰਡ ਉੱਤੇ। ਮੈਂ ਇੱਕ ਬੇਨਤੀ ਕਰਾਂਗਾ, ਐਸਾ ਮਜ਼ਾਕ ਕਬੀਰ ਸਾਹਿਬ ਨਹੀਂ ਕਰ ਸਕਦੇ। ਮੂੰਡ ਪਲੋਸ,
ਕਈ ਵਾਰੀ ਤੁਸੀਂ ਦੇਖਦੇ ਹੋ ਜਿਹੜਾ ਬੰਦਗੀ ਕਰਦਾ ਅਕਸਰ ਉਹਦੇ ਸਿਰ ਨੂੰ ਖੁਸ਼ਕੀ ਆ ਜਾਂਦੀ ਹੈ। ਉਹ ਕਹਿੰਦੇ ਨੇ ਇੱਕ ਦੋ ਆਉਂਦੇ ਨੇ ਆਪਣੇ ਹੱਥਾਂ ਨਾਲ ਉਹਨਾਂ ਦੇ ਮੂੰਡ ਪਲੋਸਦਾ, ਉਹਨਾਂ ਦੇ ਸਿਰ ਝੱਸਦਾ, ਸੇਵਾ ਕਰਦਾ, ਮੂੰਡ ਪਲੋਸ ਕਮਰਬੰਦ ਪੋਥੀ। ਉਹ ਸਾਧੂ ਜਿਨ੍ਹਾਂ ਦੇ ਕੋਲ ਪੋਥੀਆਂ ਨੇ ਪਰਮਾਤਮਾ ਦੀਆਂ, ਹਮਕੋ ਚਾਬਨ ਉਨਕੋ ਰੋਟੀ, ਜਿਹੜੀਆਂ ਦੋ ਰੋਟੀਆਂ ਚੰਗੇਰ 'ਚ ਪਈਆਂ। ਮੈਂ ਬੜੇ ਪੁਰਾਣੇ ਸ਼ਬਦ ਵਰਤਣਾ ਉਹਨਾਂ ਯਤਨ ਕਰਨਾ ਕਥਾ 'ਚ, ਕਿਉਂਕਿ ਸ਼ਬਦ ਮਰ ਚੁੱਕੇ ਆ, ਵਰਤੋਂ 'ਚ ਨਹੀਂ ਆਉਂਦੀ ਚੰਗੇਰ। ਉਹ ਕਹਿੰਦੇ ਨੇ ਅਸਲ 'ਚ ਉਹ ਪ੍ਰਸ਼ਾਦੇ ਸਾਧੂਆਂ ਨੂੰ ਦਿੰਦਾ, ਹਮਕੋ ਚਾਬਨ ਉਨਕੋ ਰੋਟੀ, ਸਾਨੂੰ ਦਾਣੇ ਭੁੰਨ ਕੇ ਚੁੱਬਣ ਲਈ ਕਹਿ ਦਿੰਦਾ, ਰੋਟੀ ਉਹਨਾਂ ਨੂੰ ਦਿੰਦਾ। ਪਰ ਕਬੀਰ ਜੀ ਐਡੇ ਤਨਾੜ ਨਹੀਂ, ਰਵਿਦਾਸ ਸਾਹਿਬ ਐਡੇ ਤਨਾੜ ਨਹੀਂ, ਨਾਮਦੇਵ ਕੱਪੜਾ ਰੰਗ ਕੇ ਕੱਪੜਾ ਸੀ ਕੇ ਗੁਜ਼ਾਰਾ ਕਰਦੇ ਨੇ। ਪਰ ਗੁਰਮਤ ਨੇ ਧਨਾੜ ਕਿਸ ਨੂੰ ਬੰਨਿਆ? ਸਭ ਤੋਂ ਪਹਿਲੀ ਗੱਲ ਉਹ ਧਨਵੰਤ। ਇਹਦਾ ਮਤਲਬ ਇਹ ਨਹੀਂ ਕਿ ਮਹਾਂਪੁਰਖ ਬੰਦਗੀ ਵਾਲਾ ਸੰਸਾਰੀ ਤੌਰ 'ਤੇ ਬਹੁਤ ਧਨਾੜ ਹੈ। ਗੁਰੂ ਗ੍ਰੰਥ ਸਾਹਿਬ ਤਾਂ ਇੱਥੋਂ ਤੱਕ ਕਹਿੰਦੇ ਨੇ ਬੰਦਗੀ ਕਰਨ ਵਾਲਾ ਰਹਿੰਦਾ ਵੀ ਕੱਖਾਂ ਦੀ ਕੁੱਲੀ ਵਿੱਚ ਹੈ। ਕਈ ਵਾਰੀ ਅਸੀਂ ਦੇਖਦੇ ਹਾਂ ਕੱਖਾਂ ਦੀ ਕੁੱਲੀ ਵਿੱਚ ਬੰਦਗੀ ਕਰਨ ਵਾਲਾ ਸ਼ਹਿਨਸ਼ਾਹ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ। ਤਵੱਜੋ ਦਿਆ ਜੇ ਆਪ ਸਾਧ ਸੰਗਤ, ਉਹਨਾਂ ਨੇ ਧਨਾੜ ਦੀ ਵਿਆਖਿਆ ਕਰਦਿਆਂ ਬਾਣੀ 'ਚ ਇੱਕ ਬਚਨ ਕਿਹਾ। ਮੈਂ ਹੁਣੇ ਤੁਹਾਨੂੰ ਕਿਹਾ ਕਬੀਰ ਸਾਹਿਬ ਬਿਲਕੁਲ ਸੰਸਾਰੀ ਤੌਰ 'ਤੇ ਗਰੀਬੀ ਹੈ, ਗਰੀਬੀ ਕਰਕੇ ਕਹਿੰਦੇ ਨੇ ਭੁੱਖੇ ਭਗਤ ਨਾ ਕੀਜਾ ਯੇ ਮਾਲਾ ਆਪਣੀ ਲੀਚੈ। ਇਹਦਾ ਮਤਲਬ ਘਰ ਨਿਰਧਨਤਾਈ ਹੈ। ਪਰ ਜਦੋਂ ਤੁਸੀਂ ਰੂਹਾਨੀਅਤ ਦੀ ਗੱਲ ਕਰੋਗੇ ਉਦੋਂ ਕਬੀਰ ਕਹਿੰਦਾ ਦੁਨੀਆਂ ਦੇ ਲੋਕੋ ਤੁਸੀਂ ਕੂੜ ਦੇ ਗੱਡੇ ਢੋਈ ਜਾਂਦੇ ਹੋ, ਆਹ ਮੇਰੇ ਵੱਲ ਝਾਤੀ ਮਾਰ ਕੇ ਦੇਖੋ ਮੇਰੇ ਗੱਡੇ ਰੂਹਾਨੀਅਤ ਦੇ ਭਰੇ ਹੋਏ ਆ। ਕਬੀਰ ਸਾਹਿਬ 'ਤੇ ਕਦੀ ਗੱਡਾ ਚਲਾਇਆ ਹੀ ਨਹੀਂ, ਇਤਿਹਾਸ ਵਿੱਚ ਕਦੇ ਉਹਨਾਂ ਦੇ ਗੱਡੇ ਦਾ ਜ਼ਿਕਰ ਨਹੀਂ। ਬਾਬਾ ਸਾਹਿਬ ਦਾ ਬਚਨ ਹੈ ਕਿ ਕਿਨਕੀ ਬੰਜਿਆ ਕਾਂਸੀ ਤਾਂਬਾ, ਕਿਨਕੀ ਲੌਂਗ ਸਪਾਰੀ, ਸੰਤੋ ਬੰਜਿਆ ਨਾਮ ਗੋਬਿੰਦ ਕਾ, ਐਸੀ ਖੇਪ ਹਮਾਰੀ, ਹਰ ਕੇ ਨਾਮ ਕੇ ਵਿਆਪਾਰੀ, ਹੀਰਾ ਆਤ ਚੜਿਆ ਨਿਰਮੋਲਕ, ਛੂਟ ਗਈ ਸੰਸਾਰੀ। ਸੱਚ ਇਹ ਵੇ ਕਿ ਨਾਮ ਦਾ ਜਿਹੜਾ ਵਪਾਰੀ ਹੈ ਸੰਸਾਰੀ ਤੌਰ 'ਤੇ ਭਾਵੇਂ ਉਹਦੇ ਕੋਲ ਧਨ ਅੰਨ ਬਿਸਤਰਾ ਕੱਪੜਾ ਕੁਛ ਵੀ ਨਾ ਹੋਵੇ, ਰੂਹਾਨੀਅਤ ਦੇ ਤੌਰ ਸਾਰੀ ਧਰਤੀ ਦਾ ਸਮਰਾਟ ਹੈ। ਮਹਾਰਾਜ ਜੀ ਨੇ ਸ਼ਬਦ ਵਰਤੇ ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ। ਮੈਂ ਸਿਰਫ ਤਿੰਨ ਬਚਨ ਹੀ ਕਰਨੇ ਨੇ ਆਪ ਨਾਲ, ਇਹ ਗੁਰੂ ਅਰਜਨ ਸਾਹਿਬ ਦੇ ਧਨਵੰਤ। ਕਬੀਰ ਸਾਹਿਬ ਧਨਾੜ ਨੇ, ਪਰ ਗੁਰਬਾਣੀ ਵਿੱਚ ਗੁਰਮੁਖੋ ਧਨਾੜ ਦੀ ਵਿਆਖਿਆ ਆਹ ਨਹੀਂ ਕੀਤੀ ਜੋ ਅਸੀਂ ਕਰਨੇ। ਜਿਨ੍ਹਾਂ ਮਹਾਂਪੁਰਖਾਂ ਦੀ ਯਾਦ 'ਚ ਅਸੀਂ ਬੈਠੇ, ਮੈਂ ਰਾਤ ਵੀ ਕਿਹਾ ਸੀ ਵੀ ਅਸੀਂ ਫਿਜ਼ੀਕਲ ਤੌਰ 'ਤੇ ਦਰਸ਼ਨ ਨਹੀਂ ਕੀਤੇ, ਸੁਰਤ ਦੇ ਤੌਰ 'ਤੇ ਕਿਰਪਾ ਵਰਤਦੀ ਹੈ 'ਚ ਕੋਈ ਸ਼ੱਕ ਨਹੀਂ, ਅਤੇ ਇਹ ਹਉਮੇ ਲਈ ਵੀ ਨਹੀਂ। ਰਾਜਾ ਜੋਗੀ ਅਸੀਂ ਕਹਿੰਦੇ ਹਾਂ, ਸੱਚ ਇਹ ਵੀ ਕੋਈ ਮਾਇਆ ਨਾਲ ਪਕੜ ਨਹੀਂ। ਹੁਣੇ ਬਾਬਾ ਜੀ ਨਾਲ ਗੱਲ ਕਰ ਰਹੇ ਸਾਂ ਨੌ ਰਤਨ ਪੁਸਤਕ ਦੀ, ਉਹਦੇ ਵਿੱਚ ਲਿਖਾਰੀ ਲਿਖਦੇ ਨੇ ਕਿ ਜਿਸ ਦਿਨ ਸੰਤ ਮਹਾਰਾਜ ਜੀ ਨੂੰ ਬਾਬਾ ਅਤਰ ਸਿੰਘ ਜੀ ਰੇਰੂ ਸਾਹਿਬ ਵਾਲੇ, ਮੈਂ ਪਿਛਲੇ ਸਾਲ ਵੀ ਕਿਹਾ ਸੀ, ਖੋਤੀ ਮਰਦਾਨ ਲੈ ਕੇ ਗਏ ਅਤੇ ਉਹਨਾਂ ਨੂੰ ਕਫਣੀ ਪਹਿਨਾਈ ਗਈ ਅਤੇ ਨਾਲ ਉੱਥੇ ਖਲੋ ਕੇ ਕਿਹਾ ਸੀ ਕਿ ਆਪ ਜੀ ਦੇ ਦਰ ਦੇ ਸਾਧੂ ਬਣ ਲੱਗੇ ਨੇ, ਕਿਰਪਾ ਕਰਿਓ ਇਹਨਾਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਿਓ ਨਿਭੇ। ਤਿੰਨ ਬਚਨ ਜਿਹੜੇ ਕਹਿ ਸੱਚ ਇਹ ਵੇ ਕਿ ਉਹ ਤਿੰਨ ਬਚਨ ਤੁਸੀਂ ਤਾਂ ਸਾਰਿਆਂ ਦਰਸ਼ਨ ਕੀਤੇ, ਖੁਸ਼ਕਿਸਮਤ ਹੋ ਜਿਨ੍ਹਾਂ ਨੇ ਨੇੜੇ ਹੋ ਕੇ ਸੰਗਤ ਮਾਣੀ ਹੈ।
ਉਸ ਦਿਨ ਨੂੰ ਅੱਜ ਵੀ ਚੇਤੇ ਕਰੋਗੇ, ਰੂਹਾਨੀਅਤ ਫਿਰ ਅੰਦਰ ਆ ਜਾਏਗੀ। ਸੰਗਤ ਕਦੀ ਮਰਦੀ ਨਹੀਂ। ਸਾਡਾ ਮਿਲਾਪ ਅਸੀਂ ਦੁਨਿਆਵੀ ਤੌਰ 'ਤੇ ਮਿਲਦੇ ਹਾਂ, ਮਿਲਾਂਗੇ ਅਤੇ ਵਿਛੜਾਂਗੇ, ਪਰ ਸੱਤ ਪੁਰਸ਼ ਦੀ ਸੰਗਤ ਸਮਾਂ ਲੰਘ ਕੇ ਭਾਵੇਂ ਸਰੀਰ ਵੀ ਚਲਾ ਜਾਏ, ਜਿਹੜਾ ਸੰਗਤ ਦਾ ਰਸ ਇੱਕ ਵਾਰੀ ਮਾਣਿਆ ਹੁੰਦਾ ਉਹ ਜ਼ਿੰਦਗੀ ਭਰ ਕਦੀ ਖਤਮ ਨਹੀਂ ਹੁੰਦਾ। ਜਿੱਦਣ ਚੇਤਾ ਕਰੋਗੇ ਉਹ ਰਸ ਬਣੇਗਾ। ਤਿੰਨ ਬਚਨ ਕਹੇ। ਪਹਿਲਾ ਬਚਨ ਕਿਹਾ ਸੀ ਖਪਣੀ ਪਵਾ ਕੇ ਆਤਮ ਅਭਿਆਸ ਦ੍ਰਿੜ ਰੱਖਣਾ ਹੈ। ਮੈਨੂੰ ਤਿੰਨ ਗੱਲਾਂ ਮੈਂ ਅਕਸਰ ਬੇਨਤੀ ਕਰਨਾ ਕਥਾ 'ਚ, ਆਤਮ ਅਭਿਆਸ ਦ੍ਰਿੜ ਰੱਖਣਾ ਹੈ, ਨੇਮ ਵਿੱਚ ਕਦੀ ਕੁਤਾਹੀ ਨਹੀਂ ਆਉਣ ਦੇਣੀ। ਅਤੇ ਸੱਚਮੁੱਚ ਮੈਨੂੰ ਯਾਦ ਹੈ ਲਲਤੋਂ ਸਾਹਿਬ ਚਲਾਣਾ ਕਰ ਗਏ, ਉਹ ਕਹਿੰਦੇ ਹੁੰਦੇ ਸਨ ਕਿ ਮਹਾਂਪੁਰਖਾਂ ਦੀ ਗੱਡੀ ਨਿਕਲਦੀ ਸੀ ਅਤੇ ਲੋਕ ਆਪਣੇ ਗੁੱਟ 'ਤੇ ਬਣੀਆਂ ਹੋਈਆਂ ਘੜੀਆਂ ਨਾਲ ਟਾਈਮ ਮਿਲਾਉਂਦੇ ਹੁੰਦੇ ਸਨ। ਇੱਕ ਨੇਮ ਅੰਤਲੇ ਸਮੇਂ ਤੱਕ, ਜਿੱਦਣ ਚੋਲਾ ਛੱਡਿਆ ਗੁਰਮੁਖੋ ਸੱਚ ਤੁਕ ਟੁੱਕਦੀ ਹੈ, ਸੇਵਕ ਕੀ ਓੜਕ ਨਿਭੀ ਪ੍ਰੀਤ, ਜੀਵਤ ਸਾਹਿਬ ਸੇਵਿਓ ਆਪਣਾ ਚਲਤੇ ਰਾਖਿਓ ਚੀਤ। ਨੇਮ 'ਚ ਨਹੀਂ ਕਦੀ ਕੁਤਾਹੀ, ਨੇਮ ਅੰਤਲੇ ਸਮੇਂ ਤੱਕ ਪ੍ਰੀਤ ਨਿਭੀ। ਦੂਸਰਾ ਸ਼ਬਦ ਉਹਨਾਂ ਕਿਹਾ ਸੀ ਬਾਬਾ ਅਤਰ ਸਿੰਘ ਜੀ ਨੇ ਰੇਰੂ ਸਾਹਿਬ ਵਾਲਿਆਂ ਨੇ ਕਿ ਪਰ ਉਪਕਾਰ ਦੀ ਖਾਤਰ ਵੀ ਕਿਸੇ ਤੋਂ ਹੱਥ ਪਸਾਰ ਕੇ ਮੰਗਣਾ ਨੇ। ਮੈਂ ਜਦੋਂ ਹੁਣ ਧਨਵੰਤ ਦੀ ਗੱਲ ਆਈ ਮੇਰੇ ਮਨ 'ਚ ਆ ਗਿਆ, ਬਾਬਾ ਜੀ ਭਾਈ ਬਚਿੱਤਰ ਸਿੰਘ ਪ੍ਰਧਾਨ ਸਨ ਸਾਊਥ ਹਾਲ ਦੇ, ਉਹਨਾਂ ਦਾ ਜ਼ਿਕਰ ਵੀ ਆਉਂਦਾ ਇਤਿਹਾਸ 'ਚ। ਜਦੋਂ ਮੈਂ ਨੌਰਤਨ ਪੜ੍ਹਿਆ ਅਤੇ ਸਾਊਥ ਹਾਲ ਕੁਦਰਤੀ ਤੌਰ 'ਤੇ ਮੈਂ ਕਥਾ ਕਰਨ ਗਿਆ ਲੰਡਨ, ਅਤੇ ਉਸ ਵਿੱਚ ਲਿਖਿਆ ਹੈ ਕਿ ਬਾਬਾ ਜੀ ਨੇ ਜਦੋਂ ਉੱਥੇ ਕੀਰਤਨ ਕੀਤਾ, ਜਿੰਨੇ ਦਿਨ ਕੀਰਤਾ ਉਹਨੇ 10,000 ਪਾਊਂਡ ਦਾ ਜ਼ਿਕਰ ਕਰ ਦਿਆ, ਮਤਲਬ ਹਜ਼ਾਰਾਂ ਪਾਊਂਡ ਇਕੱਠੇ ਹੋਏ। ਅਤੇ ਉਹ ਪ੍ਰਧਾਨ ਬਚਿੱਤਰ ਸਿੰਘ ਜੀ, ਉਹ ਕਮੇਟੀ ਇਕੱਠੀ ਹੋ ਕੇ ਗਈ ਮਹਾਂਪੁਰਖਾਂ ਨੂੰ, ਲਓ ਜੀ ਆਹ ਤੁਸੀਂ ਇਹ ਮਾਇਆ ਵਰਤ ਲਓ। ਮੈਂ ਉਹਨੂੰ ਪੁੱਛਿਆ ਕਿਉਂਕਿ ਮੈਨੂੰ ਪਤਾ ਲੱਗਾ ਉਹ ਬਜ਼ੁਰਗ ਦੇਗ ਵਰਤਾ ਰਹੇ ਸਨ, ਮੈਨੂੰ ਪਤਾ ਲੱਗਾ ਵੀ ਇਹ ਉਹੀ ਪ੍ਰਧਾਨ ਨੇ। ਫਿਰ ਮੈਂ ਉਹਨਾਂ ਨੂੰ ਪੁੱਛਿਆ, ਜਦੋਂ ਮੈਂ ਪੁੱਛਿਆ ਉਹਨਾਂ ਦੀਆਂ ਅੱਖਾਂ ਭਰ ਆਈਆਂ, ਮੈਨੂੰ ਕਹਿੰਦੇ ਸੱਚ ਮੈਂ ਗਿਆ ਸੀ ਲੈ ਕੇ ਮਾਇਆ, ਅਤੇ ਮੈਨੂੰ ਇੱਕੋ ਗੱਲ ਕਹੀ, ਕਹਿਣ ਲੱਗੇ ਕਾਸ ਲਈ, ਕਹਿਣ ਲੱਗੇ ਲੈ ਜਾਓ ਕਰਮਸਰ ਲੰਗਰ ਚੱਲਦਾ ਉੱਥੇ ਪਾ ਦਿਓ। ਮਹਾਂਪੁਰਖ ਹੱਸ ਕੇ ਕਹਿੰਦੇ ਆ ਇਹ ਘਰ ਗੁਰੂ ਨਾਨਕ ਸਾਹਿਬ ਦਾ ਘਰ ਨਹੀਂ, ਤੁਸੀਂ ਲੈ ਕੇ ਆਓ ਇਹ ਘਰ ਗੁਰੂ ਨਾਨਕ ਸਾਹਿਬ ਦਾ ਨਹੀਂ। ਕਹਿੰਦੇ ਮਹਾਰਾਜ ਇਹੀ, ਕਹਿਣ ਲੱਗੇ ਇਹ ਇੱਥੇ ਮਾਇਆ ਪਾ ਦਿਓ, ਉੱਥੇ ਗੁਰੂ ਨਾਨਕ ਸਾਹਿਬ ਹੋਰ ਬਰਕਤਾਂ ਪਾਉਂਦੇ ਪਏ। ਕਦੀ ਸਵਾਲ ਹੀ ਨਹੀਂ ਪੈਦਾ ਹੁੰਦਾ। ਮੈਂ ਤਾਂ ਸਿੱਧੀ ਜਿਹਾ ਗੱਲ ਕਹਿੰਦਾ, ਜਿਹੜਾ ਰਾੜਾ ਸਾਹਿਬ ਦਾ ਨਾਮ ਵਰਤ ਕੇ ਗਰਾਹੀ ਕਰਦਾ, ਅਸਲੀਅਤ 'ਤੇ ਸੁਚੇਤ ਰਹਿਣਾ ਚਾਹੀਦਾ ਉਹਦੇ 'ਤੇ। ਗੁੱਸਾ ਨਾ ਕਰਿਓ ਕੋਈ, ਕਿਉਂਕਿ ਇਹ ਬੇਮੁਥਾਜ ਦਾ ਘਰ ਹੈ। ਪਹਿਲੀ ਸ਼ਬਦ ਕਿਹਾ ਨੇਮ ਦ੍ਰਿੜ ਕਰਨਾ, ਦੂਜਾ ਪਰ ਉਪਕਾਰ ਦੀ ਖਾਤਰ ਵੀ ਕਿਸੇ ਕੋਲੋਂ ਮੰਗਣਾ ਨਹੀਂ, ਅਤੇ ਤੀਜੀ ਗੱਲ ਇੱਕ ਵਾਹਿਗੁਰੂ ਤੋਂ ਬਿਨਾਂ ਕਿਸੇ ਦੀ ਮੁਥਾਜੀ ਨਹੀਂ ਕਰਨੀ, ਭਾਵੇਂ ਸੰਸਾਰ 'ਚ ਕਿੰਨਾ ਕੋਈ ਵੱਡਾ ਹੋਵੇ। ਮੈਂ ਬੇਨਤੀ ਕਰਾਂਗਾ, ਧਨਵੰਤ ਦਾ ਅਰਥ ਜਿਹੜਾ ਆਤਮਕ ਧਨ ਨੂੰ ਲੈ ਕੇ ਤੁਰਦਾ ਹੈ, ਜਿਹੜਾ ਰੂਹਾਨੀਅਤ ਦੇ ਧਨ ਨਾਲ ਭਰਪੂਰ ਹੈ। ਸੱਚ ਇਹ ਵੇ ਕਿ ਉਹਨਾਂ ਦੇ ਸਾਹਮਣੇ ਬਾਬਾ ਜੀ ਦੀ ਇੱਕ ਸ਼ੇਰ ਹੈ ਕਿ ਫਕੀਰ ਦੀ ਨਜ਼ਰ ਵਿੱਚ ਤਾਂ ਸਿਕੰਦਰੀ ਵੀ ਖੇਚ ਹੁੰਦੀ ਹੈ, ਬੰਦਗੀ ਕਰਨ ਵਾਲੇ ਨੂੰ ਕਿਸੇ ਦੁਨਿਆਵੀ ਧਨ ਦੀ ਕੀ ਮੁਥਾਜੀ ਹੈ। ਮੈਂ ਇੱਥੇ ਇੱਕ ਉਦਾਹਰਨ ਆਪ ਜੀ ਨੂੰ ਹੋਰ ਦੇਣਾ, ਸਿਰਫ ਤਿੰਨ ਸ਼ਬਦ ਹੀ ਬੋਲਣੇ ਧਨਵੰਤ। ਭਾਈ ਨੰਦ ਲਾਲ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਇਕੱਲੇ ਕਵੀ ਨਹੀਂ, ਸੱਚਮੁੱਚ ਉਹ ਸਿਦਕੀ ਸਿੱਖ ਨੇ। 52 ਕਵੀ, 35 ਲਿਖਾਰੀ ਮਹਾਰਾਜ ਜੀ ਦੇ ਉਲੱਥਾਂ ਕਰਨ ਵਾਲੇ, ਅਤੇ 4 ਲਿਖਾਰੀ ਪਿਆਰਾ ਸਿੰਘ ਪਦਮ ਕਹਿੰਦਾ ਹਰ ਵੇਲੇ ਗੁਰੂ ਗੋਬਿੰਦ ਸਿੰਘ ਨਾਲ ਰਹਿੰਦੇ ਸਨ।
ਭਾਈ ਮਨੀ ਸਿੰਘ ਉਹਨਾਂ 'ਚੋਂ ਸ਼੍ਰੋਮਣੀ ਸਨ। ਭਾਈ ਆਨੰਦ ਲਾਲ ਸਾਹਿਬ ਨੂੰ ਤਾਂ ਕਿਹਾ ਕਿਉਂਕਿ ਉਹਨਾਂ ਦੀ ਰਚਨਾ ਦਾ ਅੱਜ ਕੀਰਤਨ ਹੁੰਦਾ ਹੈ। ਭਾਈ ਆਨੰਦ ਲਾਲ ਸਾਹਿਬ ਗੁਰੂ ਗੋਬਿੰਦ ਸਿੰਘ ਦੇ ਅੱਤ ਦੇ ਪਿਆਰੇ ਕਵੀ, ਸਿਦਕੀ ਸਿੱਖ, ਅਤੇ ਮੇਰਾ ਖਿਆਲ 52 ਕਵੀਆਂ 'ਚੋਂ ਜਾਂ ਮੈਂ ਇੱਕ ਧੰਨਾ ਸਿੰਘ ਜੀ ਬਾਰੇ ਪੜ੍ਹਿਆ ਵੀ ਘੋੜਿਆਂ ਦੀ ਸੇਵਾ ਕਰਦੇ ਨੇ, ਅਤੇ ਜਾਂ ਭਾਈ ਸਾਹਿਬ ਭਾਈ ਆਨੰਦ ਲਾਲ ਸਾਹਿਬ ਜੀ ਲੰਗਰ ਦੇ ਆਪ ਹੱਥੀਂ ਸਜਾਉਂਦੇ ਨੇ, ਮਹਾਰਾਜ ਨੇ ਬਖਸ਼ਿਸ਼ ਦਿੱਤੀ ਉਹਨਾਂ ਨੂੰ। ਭਾਈ ਸਾਹਿਬ ਨੇ ਜ਼ਿੰਦਗੀ ਨਾਮਾ ਲਿਖਿਆ, ਚਲੋ ਕਿਤਾਬ ਲਿਖੀ ਅਤੇ ਬੰਦਗੀ ਨਾਮਾ, ਜਿਵੇਂ ਆਪ ਸਭ ਨੂੰ ਪਤਾ ਮੈਂ ਪਿਛਲੇ ਸਾਲ ਵੀ ਅਰਜ਼ ਕੀਤੀ, ਕਿਉਂਕਿ ਅੱਜ ਗੁਣਾਂ ਨੂੰ ਅੱਗੇ ਕੋਈ ਨਹੀਂ ਜੇ ਤੋਰਦਾ, ਭਾਵੇਂ ਬਿਰਤੀ ਸਾਡੀ ਇਹੀ ਹੈ। ਮੈਂ ਪਿਛਲੇ ਸਾਲ ਵੀ ਕਿਹਾ ਈਸ਼ਰ ਮਾਈਕਰੋ ਮੀਡੀਆ ਜਿਹੜਾ ਇਸ ਅਸਥਾਨ ਵੱਲੋਂ, ਇਸ ਅਦਾਰੇ ਵੱਲੋਂ ਬਾਬਾ ਬਲਜਿੰਦਰ ਸਿੰਘ ਜੀ ਹੋਣਾ ਨੇ, ਅੱਜ ਸਾਰੇ ਕਥਾ ਵਾਚਕ ਤਕਰੀਬਨ ਵਰਦੇ ਆ, ਪਰ ਦੁੱਖ ਇਸ ਚੀਜ਼ ਦਾ ਬੇਈਮਾਨੀ ਕਰਕੇ ਨਾਂ ਦਾ ਜ਼ਿਕਰ ਨਹੀਂ ਕਰਦੇ। ਮੈਂ ਕਈ ਥਾਵਾਂ 'ਤੇ ਪੜ੍ਹਿਆ ਜੀ, ਅਰਥ ਇਹੀ ਚੱਲਦੇ ਆ, ਜਦੋਂ ਚੱਲਦੀ ਹੈ ਸਕਰੀਨ ਅਤੇ ਥੱਲੇ ਜਿੱਥੇ ਇੱਥੇ ਈਸ਼ਰ ਮਾਈਕਰੋ ਮੀਡੀਆ ਲਿਖਿਆ ਉਹਦੇ ਉੱਤੇ ਕਾਂਟੇ ਮਾਰ ਦਿੰਦੇ। ਮੈਂ ਕਈ ਵਾਰੀ ਸੋਚਣਾ ਐਡੀ ਬੇਈਮਾਨੀ ਤਾਂ ਨਾ ਕੋਈ ਵਰਤੇ, ਜਿਸ ਨੇ ਮਿਹਨਤ ਕੀਤੀ ਉਹਦਾ ਨਾਂ ਤਾਂ ਲੈਣਾ ਚਾਹੀਦਾ ਨਾ। ਭਾਈ ਆਨੰਦ ਲਾਲ ਸਾਹਿਬ ਦੀ ਰਚਨਾ ਵੀ ਇੰਨਾ ਪਾਈ। ਭਾਈ ਆਨੰਦ ਲਾਲ ਸਾਹਿਬ ਨੂੰ ਪੁੱਛੋ ਧਨਵੰਤ ਕੌਣ ਹੈ, ਉਹ ਕਹਿੰਦੇ ਨੇ ਧਨਵੰਤ ਦਾ ਅਰਥ ਬਾਹਰ ਮੁਖੀ ਖਰਬਾਂਪਤੀ ਨਹੀਂ, ਜਿਹਨੇ ਸਿਰ ਤੋਂ ਪੈਰਾਂ ਤੱਕ ਬੰਦਗੀ ਦੀ ਪੋਸ਼ਾਕ ਪਾ ਲਈ ਹੈ, ਉਹਦੇ ਸਾਹਮਣੇ ਬਾਦਸ਼ਾਹਾਂ ਦੀਆਂ ਪੋਸ਼ਾਕਾਂ ਵੀ ਲੀਰਾਂ ਜਾਪਦੀਆਂ ਨੇ। ਬੰਦਗੀ ਕਰਨ ਵਾਲਾ ਰੱਬ ਉਹਦੇ ਲਈ ਚੰਦਰਮਾ ਤੋਂ ਲੈ ਕੇ ਸਮੁੰਦਰ ਦੇ ਪਤਾਲ ਤੱਕ ਜਿੰਨਾ ਖਜ਼ਾਨਾ ਹੈ, ਰੂਹਾਨੀਅਤ ਵਾਲੇ ਦੇ ਸਾਹਮਣੇ ਹੱਥ ਜੋੜ ਕੇ ਖਲੋਤਾ ਹੁੰਦਾ ਹੈ, ਸਭ ਕੁਝ ਦੇਖ ਕੇ ਵੀ ਉਹ ਬੇਪਰਵਾਹ ਰਹਿੰਦਾ ਹੈ। ਭਾਈ ਸਾਹਿਬ ਦੀ ਰਚਨਾ ਵਿੱਚ ਧਨਵੰਤ ਦੀ ਪਰਿਭਾਸ਼ਾ ਹੈ ਕਿ ਦਰ ਲਿਬਾਸੇ ਬੰਦਗੀ ਸ਼ਾਹੀ ਤੁਰਾਸਤ, ਜਿਸ ਕੋਲ ਬੰਦਗੀ ਦਾ ਲਿਬਾਸ ਹੈ ਉਹਦੇ ਸਾਹਮਣੇ ਬਾਦਸ਼ਾਹ ਦੀ ਖਿਲਤ ਸਰੋਪੇ ਦੀ ਕੀ ਕੀਮਤ। ਦਰ ਲਿਬਾਸੇ ਬੰਦਗੀ ਸ਼ਾਹੀ ਤੁਰਾਸਤ, ਦੌਲਤ ਅਜ਼ਮਾ ਤਾਂ ਮਾਹੀ ਤੁਰਾਸਤ। ਇਹਦਾ ਮਤਲਬ, ਮਾਹੀ ਦਾ ਅਰਥ ਹੁੰਦਾ ਪਾਣੀ, ਇਹਦਾ ਅਰਥ ਕਰਾਂਗੇ ਸਮੁੰਦਰ। ਚੰਦਰਮਾ ਤੋਂ ਲੈ ਕੇ ਸਮੁੰਦਰ ਦੀ ਗਹਿਰਾਈ ਤੱਕ ਹਰ ਖਜ਼ਾਨਾ ਰੱਬ ਉਹਦੇ ਲਈ ਬਣਾਉਂਦਾ ਜਿਹੜਾ ਬੰਦਗੀ ਕਰਦਾ। ਦੌਲਤ ਅਜ਼ਮਾ ਕੇ ਮਾਹੀ ਤਰਾਸਤ, ਉਹ ਹਰ ਚੀਜ਼ ਉਹਦੇ ਸਾਹਮਣੇ ਗੁਲਾਮ ਹੈ। ਮੇਰੀ ਬੇਨਤੀ ਧਨਵੰਤ, ਸੱਚਮੁੱਚ ਉਹ ਮਹਾਂਪੁਰਖ ਇੰਨੀ ਕੁ ਕਮਾਈ ਕਰਕੇ ਗਏ ਪਿਆਰਿਓ, ਸਦੀਆਂ ਤੱਕ ਬੈਠੇ ਖਾਂਦੇ ਰਹੇ, ਉਸ ਕਮਾਈ ਵਿੱਚ ਕਦੀ ਤੋਟਾ ਨਹੀਂ ਆਵੇਗਾ। ਮਹਾਰਾਜ ਕਹਿੰਦੇ ਨੇ ਜੋ ਤੁਧ ਸੱਚ ਧਿਆਏ ਦੇ ਸੇ ਵਿਰਲੇ ਥੋੜੇ, ਜੋ ਮਨ ਚਿਤ ਇੱਕ ਆਰਾਧ ਦੇ ਤਿਨਕੀ ਬਰਕਤ ਖਾਹੇ, ਅਸੰਖ ਕਰੋੜੇ, ਇਹ ਧਨਵੰਤ ਹੈ। ਮਹਾਰਾਜ ਕਹਿੰਦੇ ਨੇ ਉਹ ਧਨਵੰਤ, ਦੂਜਾ ਸ਼ਬਦ ਵਰਤਿਆ ਜੀ ਕੁਲਵੰਤ। ਇੱਕ ਤਾਂ ਘਰਾਣਾ ਹੈ ਬਿੰਦੀ, ਜਿਵੇਂ ਅਸੀਂ ਕਹਿੰਦੇ ਹਾਂ ਇੱਥੇ ਜਨਮ ਹੋਇਆ, ਇਸ ਤਰ੍ਹਾਂ ਹੋਇਆ, ਅਸਲ ਵਿੱਚ ਰੂਹਾਨੀਅਤ ਵਿੱਚ ਮਹਾਂਪੁਰਸ਼ ਦੀ ਕੁੱਲ ਵੀ ਨਾਮ ਹੁੰਦਾ ਹੈ, ਕੁੱਲ ਵੀ ਗੁਰੂ ਹੁੰਦਾ ਹੈ। ਸਭ ਤੋਂ ਉਹਦੀ ਕੁੱਲ ਉੱਚੀ ਜਿਹੜਾ ਪਰਮਾਤਮਾ ਦੇ ਨਾਮ ਜੁੜ ਗਿਆ। ਇੱਥੇ ਇੱਕ ਉਦਾਹਰਨ ਹੋਰ ਆਪ ਜੀ ਨੂੰ ਦੇ ਦੇਣਾ। ਗੁਰੂ ਨਾਨਕ ਸਾਹਿਬ ਦਾ ਇੱਕ ਬਚਨ ਹੈ ਜੀ ਤਿਲੰਗ ਰਾਗ 'ਚ, ਆਪ ਸਭ ਨੂੰ ਪਤਾ ਹੈ ਪਿਛਲੇ ਦਿਨੀ ਮੰਜੀ ਸਾਹਿਬ ਵੀ ਮੈਂ ਇੱਕ ਬੇਨਤੀ ਕੀਤੀ ਸੀ ਵੀ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬਾਣੀ ਹੈ ਨਾ, ਇੱਕ ਤਾਂ ਅਸੀਂ ਕਹਿੰਦੇ ਹਾਂ ਸਿੱਖਾਂ ਦਾ ਗੁਰੂ, ਅਸੀਂ ਸਾਰੇ ਹੀ ਕਹਿੰਦੇ, ਯਾਦ ਰੱਖਿਓ ਇਸ 'ਚ ਉਹ ਬਾਣੀ ਹੈ ਜਿਹੜੀ ਗੁਰੂ ਨਾਨਕ ਸਾਹਿਬ ਤੋਂ 300 ਸਾਲ ਪਹਿਲਾਂ ਉਚਾਰਨ ਕੀਤੀ ਗਈ। ਭਗਤ ਜੈਦੇਵ ਜੀ ਦੇ ਬੋਲ ਨੇ, ਬਾਬੇ ਫਰੀਦ ਦੀ ਬਾਣੀ ਹੈ। ਠੀਕ ਹੈ, ਬਾਣੀ 'ਚ ਸਿੱਖ ਲਈ ਜੀਵਨ ਦਿੱਤਾ, ਸਾਡਾ ਇਸ਼ਟ ਹੈ,
ਸਭ ਸਿੱਖਣ ਕੋ ਹੁਕਮ ਹੈ, ਅਸੀਂ ਸ਼ਬਦ ਪੜ੍ਹਦੇ ਹਾਂ, ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਰਾਤ ਵੀ ਅਰਜ ਕੀਤੀ ਪੂਰੀ ਮਾਨਵਤਾ ਲਈ, ਅਤੇ ਇਕੱਲੀ ਇਸ ਧਰਤੀ ਦੀ ਮਾਨਵਤਾ ਨਹੀਂ, ਗੁਰੂ ਗ੍ਰੰਥ ਸਾਹਿਬ ਦਾ ਗਿਆਨ ਉਹਨਾਂ ਲਈ ਸਾਰਥਕ ਹੈ ਜਿੱਥੇ ਜਿੱਥੇ ਵੀ ਰੱਬ ਨੇ ਜੀਵ ਪੈਦਾ ਕੀਤਾ ਹੈ। ਗੁਰੂ ਗ੍ਰੰਥ ਸਾਹਿਬ ਇੰਨੇ ਵਿਸ਼ਾਲ ਨੇ, ਮੈਂ ਅਰਜ਼ ਕਰਾਂਗਾ ਗੁਰੂ ਨਾਨਕ ਸਾਹਿਬ ਦਾ ਇੱਕ ਸ਼ਬਦ ਹੈ, ਤੁਸੀਂ ਦੇਖੋ ਬਾਣੀ ਪੜ੍ਹਦੇ ਹਾਂ, ਭਗਤ ਰਵਿਦਾਸ ਸਾਹਿਬ ਜੀ ਆਪਣੀ ਕਿਰਤ ਦਾ ਜ਼ਿਕਰ ਕਰਦੇ ਆ, ਉਹ ਬਿਲਕੁਲ ਨਹੀਂ ਲੁਕਾਉਂਦੇ, ਉਹ ਕਹਿੰਦੇ ਨੇ ਮੈਂ ਚਮਾਰ ਹਾਂ, ਬਿਲਕੁਲ ਸ਼ਬਦ ਵਰਤੇ, ਸ਼ਾਇਦ ਰਾਤ ਇੱਥੇ ਵਰਤੇ ਸਨ। ਕਬੀਰ ਸਾਹਿਬ ਠੋਕ ਕੇ ਕਹਿੰਦਾ ਮੈਂ ਜੁਲਾਹਾ ਹਾਂ, ਨਾਮਦੇਵ ਕਹਿੰਦਾ ਮੈਂ ਛੀਪਾ ਹਾਂ। ਭਾਵੇਂ ਕਿ ਵਕਤੀ ਲੋਕਾਂ ਨੇ ਉਹਨਾਂ ਦੀ ਯਾਦ ਕਰਕੇ ਘਿਰਨਾ ਕੀਤੀ, ਉਹਨਾਂ ਨੂੰ ਦਬਾ ਕੇ ਰੱਖਿਆ, ਜ਼ਲੀਲ ਕਰਨ ਦਾ ਜ਼ਿਕਰ ਕੀਤਾ, ਪਰ ਅਖੀਰ 'ਤੇ ਉਹਨਾਂ ਮਹਾਂਪੁਰਖਾਂ ਕਿਹਾ ਪਰਮਾਤਮਾ ਸਵਰਨ ਜਾਤੀ ਵਾਲੇ ਕਹਿੰਦੇ ਨੇ ਨੀਚ ਨੇ, ਪਰ ਅਸੀਂ ਇਸ ਨੀਚ ਦਾਤ ਤੋਂ ਵੀ ਕੁਰਬਾਨ ਜਾਂਦੇ, ਅਸੀਂ ਨੀਵੇਂ ਰਹਿ ਕੇ ਵੀ ਤੇਰੀ ਭਗਤੀ ਕਰ ਗਏ। ਮਹਾਰਾਜ ਦਾ ਇੱਕ ਬਚਨ, ਕਬੀਰ ਮੇਰੀ ਜਾਤ ਕੋ ਸਭ ਕੋ ਹਸਨ ਹੈ ਖਾਰ, ਕਹਿੰਦੇ ਨੇ ਮੈਨੂੰ ਸਾਰੇ ਜੁਲਾਹ ਕਹਿ ਕੇ ਮਜ਼ਾਕ ਉਡਾਉਂਦੇ ਨੇ, ਮਖੌਲ ਠੱਠਾ ਕਰਦੇ ਨੇ, ਕਬੀਰ ਮੇਰੀ ਜਾਤ ਕੋ ਸਭ ਕੋ ਹਸਨ ਹੈ ਖਾਰ, ਬਲਖਾਰੀ ਇਸ ਜਾਤ ਕੋ ਜੇ ਜਪਿਓ ਸਿਰਜਨਖਾਰ। ਮੈਂ ਥੋੜ੍ਹੀ ਜਿਹੀ ਬੇਨਤੀ ਕਰਾਂਗਾ, ਕੁਲਵੰਤ ਕੌਣ ਹੈ? ਧਨਵੰਤਾ ਹੋ ਗਿਆ ਜਿਸ ਕੋਲ ਨਾਮ ਪੱਲੇ, ਬਿਲਕੁਲ ਥੋੜ੍ਹੇ ਥੋੜ੍ਹੇ ਪ੍ਰਮਾਣ। ਗੁਰੂ ਨਾਨਕ ਸਾਹਿਬ ਦਾ ਇੱਕ ਬਚਨ ਹੈ, ਕਈ ਚੀਜ਼ਾਂ ਦੀ ਸੁੱਚ ਪਿੱਟ ਮੰਨੀ ਹੈ ਜੀ ਸ਼ਾਸਤਰਕਾਰਾਂ ਨੇ, ਪਰ ਗੁਰੂ ਘਰ ਵਿੱਚ ਸੁੱਚਮਤਾ ਪ੍ਰਵਾਨ ਹੈ, ਸੁੱਚ ਪਿੱਟ ਦੇ ਨਾਂ 'ਤੇ ਨਫ਼ਰਤ ਨਹੀਂ। ਫਿਰ ਬੇਨਤੀ ਸੁਣੋ, ਹੁਣ ਅਸੀਂ ਹੱਥ ਲਿਬੜੇ ਹੋਣ ਅਤੇ ਇੱਕੋ ਦਮ ਪ੍ਰਸ਼ਾਦੇ ਵਰਤਾਉਣ ਲੱਗ ਪਈ, ਅਗਲਾ ਕਿ ਹੱਥ ਧੋ ਲੈ, ਅਸੀਂ ਕਿ ਬਾਹਮਣਵਾਦ 'ਚ ਪੈ ਗਏ, ਸੁੱਚ ਪਿੱਟ 'ਚ ਪੈ ਗਏ, ਨਹੀਂ ਪਿਆਰਿਓ, ਗੁਰੂ ਸੁੱਚਮਤਾ ਦੀ ਗੱਲ ਕਰਦਾ। ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਉੱਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰਨਾਵੈ। ਹੁਣ ਉੱਥੇ ਮਹਾਰਾਜ ਜੀ ਨੇ ਕਿਹਾ ਸੁੱਚ ਪਿੱਟ ਮੰਨੀ ਗਈ, ਪਾਣੀ ਨੂੰ ਹੱਥ ਲੱਗ ਗਿਆ ਸ਼ੋਦਰ ਦਾ ਅਤੇ ਰੋੜ ਦਿਓ, ਪਿੱਟ ਗਿਆ। ਅਨਾਜ ਨੂੰ ਹੱਥ ਲੱਗ ਗਿਆ, ਇਹਨੂੰ ਖਤਮ ਕਰੋ, ਪਿੱਟ ਗਿਆ। ਪਰ ਬਾਬਾ ਜੀ ਕਹਿੰਦੇ ਨੇ ਜਿਹੜੀਆਂ ਚੀਜ਼ਾਂ ਕੀਮਤੀ ਨੇ ਨਾ, ਇੰਨੀ ਸ਼ਾਸਤਰਕਾਰ ਨੇ ਸਿਆਣਪ ਚਤਰਾਈ ਵਰਤੀ ਕਿ ਕੀਮਤੀ ਚੀਜ਼ਾਂ ਜਿਹੜਾ ਵੀ ਹੱਥ ਲਾਏ ਕਹਿੰਦਾ ਕੋਈ ਨਹੀਂ ਪਿੱਟਦੀਆਂ। ਮਹਾਰਾਜ ਨੇ ਉਹਨਾਂ ਦੀ ਗਿਣਤੀ ਕੀਤੀ, ਕੁਲਵੰਤ ਕੌਣ ਹੈ? ਮਹਾਰਾਜ ਕਹਿੰਦੇ ਨੇ ਕੇਸਰ, ਕੇਸਰ ਬੜਾ ਕੀਮਤੀ ਹੈ, ਤੁਹਾਨੂੰ ਪਤਾ ਵੀ ਕੇਸਰ ਦੀ ਗੱਠੀ ਕਿੰਨੀ ਕੀਮਤੀ। ਹੁਣ ਇੱਕ ਕੇਸਰ ਨੂੰ ਮੰਨ ਲਓ ਚਮੜੇ ਦਾ ਕੰਮ ਕਰਨ ਵਾਲਾ ਹੱਥ ਲਾ ਲੈ, ਅਤੇ ਉਹਨੂੰ ਸਵਰਨ ਜਾਤੀ ਵਾਲੇ ਕੋਲ ਜਾ ਕੇ ਕਹੋ ਵੀ ਆਹ ਕੇਸਰ ਤਾਂ ਹੈ, ਪਰ ਹੱਥ ਇਹਨੂੰ ਫਲਾਣੀ ਕੌਮ ਦੇ ਬੰਦੇ ਨੇ ਲਾਇਆ ਜਾਂ ਫਲਾਣੀ ਕਮਿਊਨਿਟੀ ਦੇ ਬੰਦੇ ਨੇ ਲਾਇਆ, ਉਹ ਅੱਗੇ ਕਹੇਗਾ ਤਾਂ ਕੀ ਹੋਇਆ, ਸਾਡਾ ਸ਼ਾਸਤਰ ਕਹਿੰਦਾ ਇਹਦੀ ਸੁੱਚ ਪਿੱਟ ਕੋਈ ਨਹੀਂ ਕਿਉਂਕਿ ਮਿਲਦਾ ਕੋਈ ਨਹੀਂ। ਕੀਮਤੀ ਹੈ ਨਾ ਕੇਸਰ ਦੀ ਕੀ ਸੁੱਚ ਪਿੱਟ? ਫੁੱਲ ਮਾਲਣ ਤੋੜ ਕੇ ਲਿਆਉਂਦੀ, ਮਾਲੀ ਦੀ ਜਾਤ ਕਿਤੇ ਪੁੱਛੀ? ਸੱਚ ਇਹ ਵੇ ਫੁੱਲ ਜਿਸ ਮਰਜ਼ੀ ਹੱਥਾਂ 'ਚੋਂ ਆਵੇ, ਬੁੱਕਾ ਬਣੇ ਗੁਲਦਸਤਾ ਬਣੇ, ਫੁੱਲ ਹਮੇਸ਼ਾ ਹੀ ਪਰਵਾਨਿਆ ਜਾਂਦਾ। ਮੇਰਾ ਖਿਆਲ ਮਾਲੀ ਦੇ ਹੱਥ ਦਾ ਦੁੱਧ ਸ਼ਾਇਦ ਮੂਰਤੀ ਅੱਗੇ ਕੋਈ ਨਾ ਲਿਜਾਏ, ਪਰ ਉਹਦੇ ਹੱਥ ਦੇ ਫੁੱਲ ਮੂਰਤੀ ਅੱਗੇ ਲੈ ਜਾਂਦੇ ਆ। ਕਹਿੰਦੇ ਫੁੱਲ ਦੀ ਕੋਈ ਸੁੱਚ ਪਿੱਟ ਨਹੀਂ। ਸੁਣਿਓ ਕੁਲਵੰਤ ਕੌਣ ਹੈ? ਮਹਾਰਾਜ ਕਹਿੰਦੇ ਆ ਇੱਕ ਕੇਸਰ, ਦੂਜਾ ਕੁਸ਼ਮ, ਤੀਸਰਾ ਸ਼ਬਦ ਵਰਤਿਆ ਮਿਰਗਮੈਂ, ਮਿਰਗਮਦ, ਮਿਰਗ ਦੀ ਨਾਭੀ 'ਚੋਂ ਨਿਕਲਦੀ ਹੈ ਨਾ ਕਸਤੂਰੀ, ਬਾਣੀ 'ਚ ਬੜੀ ਵਾਰੀ ਇਹ ਪ੍ਰਮਾਣ ਆਇਆ। ਘਰ ਕੀ ਮੈਂ ਅੰਮ੍ਰਿਤ ਭਰਪੂਰ ਕਹਿ, ਮਨਮੁੱਖਾਂ ਸਾਧਨਾ ਪਾਇਆ, ਜਿਉਂ ਕਸਤੂਰੀ ਮਿਰਗ ਨਾ ਜਾਣੇ। ਸਾਰੇ ਮਿਰਗ ਕਸਤੂਰੇ ਨਹੀਂ ਹੁੰਦੇ, ਕਸਤੂਰੇ ਮਿਰਗ ਦੀਆਂ ਤਿੰਨ ਕੁ ਨਿਸ਼ਾਨੀਆਂ ਨੇ। ਪਹਿਲੀ ਗੱਲ, ਕਸਤੂਰਿਆ ਮਿਰਗ ਕਦੀ ਡਾਰ 'ਚ ਨਹੀਂ ਚੱਲਦਾ,
ਉਹ ਜਿਵੇਂ ਡਰ ਹੁੰਦੀ ਹਰਨਾਂ ਦੇ ਉਹ 'ਚ ਨਹੀਂ ਤੁਰਦਾ। ਦੂਜਾ ਕਸਤੂਰੇ ਮਿਰਗ ਦਾ ਇਹ ਵੀ ਉਹ ਚੰਚਲਤਾਈ ਵਿੱਚ ਛਲਾਂਗਾ ਨਹੀਂ ਮਾਰਦਾ, ਕੁੱਦਦਾ ਨਹੀਂ ਜਿਹੜਾ ਨਾਪਾ ਖੁੱਲ ਜਾਏ। ਅਤੇ ਤੀਸਰਾ ਉਹਦਾ ਗੁਣ ਹੁੰਦਾ ਆਪਣੇ ਮੂੰਹ ਨੂੰ ਹਮੇਸ਼ਾ ਨੀਵਾਂ ਹੀ ਰੱਖਦਾ। ਸੱਚੀ ਮੁੱਚੀ ਇਹ ਬੰਦਗੀ ਵਾਲੇ ਦੇ ਗੁਣ 'ਚ, ਡਰ 'ਚ ਨਹੀਂ ਚੱਲਦਾ, ਉਹਦੀ ਆਪਣੀ ਇੱਕ ਰਾਖ ਹੈ। ਦੂਜੀ ਗੱਲ ਉਹ ਨਿਮਰਤਾ 'ਚ ਰਹਿੰਦਾ, ਤੀਜੀ ਗੱਲ ਉਹਦੇ ਮਨ 'ਚ ਚੰਚਲਤਾਈ ਦੀਆਂ ਛਲਾਂਗਾ ਨਹੀਂ। ਹੁਣ ਮਿਰਗ ਦੀ ਨਾਭੀ ਦੀ ਕਸਤੂਰੀ ਕੱਢਣੀ ਬੜੀ ਕੀਮਤੀ ਹੈ। ਕਿੰਨੇ ਤੀਰ ਮਾਰਿਆ, ਕਿੰਨੇ ਚਮੜਾ ਚੀਰਿਆ, ਕਿੰਨੇ ਉਹਦਾ ਪੇਟ ਚਾਹ ਕੀਤਾ, ਕਦੀ ਨਹੀਂ ਕੋਈ ਪੁੱਛਦਾ। ਇੱਕੋ ਗੱਲ ਕਹਿੰਦਾ, ਕਹਿੰਦਾ ਛੱਡ ਪਰਾਂ ਕਿੰਨੇ ਮਾਰਿਆ, ਕਿੰਨੇ ਵੱਢਿਆ, ਇਹ ਗੱਲ ਛੱਡ ਤੂੰ, ਆ ਮਿਰਗ ਮੱਧ ਲੈ ਕੇ ਆ, ਇਹਦੀ ਸੁੱਚ ਪਿੱਟ ਕੋਈ ਨਹੀਂ ਹੁੰਦੀ। ਉਹਨੂੰ ਵੀ ਸਵੀਕਾਰ ਕੀਤਾ ਕੀਮਤੀ। ਕੇਸਰ ਕੁਸਮ ਮਿਰਗ ਮੈਂ, ਤੀਜਾ ਚੌਥਾ ਸ਼ਬਦ ਹੈ ਹਰਨਾ। ਵਿਦਵਾਨ ਪੁਰਖ ਹਰਨ ਦਾ, ਹਰਨਾ ਦਾ ਅਰਥ ਹਰਨ ਨਹੀਂ ਕਰਨਾ, ਹਰਨਾ ਦਾ ਅਰਥ ਹੈ ਸੋਨਾ, ਸਵਰਨ। ਹੁਣ ਤੁਸੀਂ ਸੁਨਾਰ ਦੀ ਦੁਕਾਨ 'ਤੇ ਜਾਓ, ਮੰਨ ਲਓ ਉਹਦੀ ਦੁਕਾਨ 'ਤੇ ਕੋਈ, ਉਹ ਬੀਬੀ ਆਪਣੀਆਂ ਚੂੜੀਆਂ ਵੇਚ ਗਈ, ਜਿਹਨੂੰ 100 ਕਾਲਡ, ਮੈਂ ਸ਼ਬਦ ਵਰਤ ਰਿਹਾ, ਗੁਰਬਾਣੀ ਨਹੀਂ ਕਹਿੰਦੀ ਮਾੜਾ, ਜਿਹਨੂੰ 100 ਕਾਲਡ ਲੋਕ ਕਹਿੰਦੇ ਆ, ਤਥਾਕਥ ਨੀਵੀਂ ਜ਼ਾਤ ਦੀ ਬੀਬੀ। ਹੁਣ ਸੁਨਾਰ ਉਹ ਚੂੜੀਆਂ ਵੱਖਰੀਆਂ ਰੱਖ ਕੇ ਕਹਿੰਦਾ ਵੀ ਆਹ ਸੋਨਾ ਜਿਹੜਾ ਇਹ ਬ੍ਰਾਹਮਣ ਦੇ ਘਰ 'ਚੋਂ ਆਇਆ, ਇਹ 24,000 ਰੁਪਈਏ ਤੋਲਾ ਜੇ, ਆਹ ਜਿਹੜਾ ਦੂਜੇ ਘਰ 'ਚੋਂ ਆਇਆ ਇਹ ਮੈਂ 14 ਦਾ ਲਾ ਦਿਆਂਗਾ। ਉਹ ਕਹਿੰਦਾ ਸੋਨਾ ਜਿਹਦੇ ਮਰਜ਼ੀ ਹੱਥ 'ਚ ਪਿਆ ਹੋਵੇ ਕਦੀ ਭਿੱਟਦਾ ਨਹੀਂ, ਇਹਨੂੰ ਕਸਾਈ ਪਾਏ ਅਤੇ ਭਾਵੇਂ ਬ੍ਰਾਹਮਣ ਪਾ ਲੈ, ਸੋਨੇ ਦੀ ਵੀ ਭਿੱਟ ਕੋਈ ਨਹੀਂ, ਸਵੀਕਾਰ ਹੈ। 4 ਸ਼ਬਦ ਹੋ ਗਏ, ਕੇਸਰ ਕੁਸਮ ਮਿਰਗ ਮੈਂ ਖਰਨਾ। ਬਾਬਾ ਜੀ ਕਹਿੰਦੇ ਸਰਬ ਸਰੀਰੀ ਚੜ੍ਹਨਾ, ਕੁਲਵੰਤ ਕੌਣ ਹੈ। ਕੇਸਰ ਵੀ ਸਭ ਨੂੰ ਪ੍ਰਵਾਨ, ਫੁੱਲ ਵੀ ਸਭ ਨੂੰ ਪ੍ਰਵਾਨ, ਸੋਨਾ ਵੀ ਪ੍ਰਵਾਨ, ਮਿਰਗ ਮੱਧ ਵੀ ਪ੍ਰਵਾਨ। ਕੇਸਰ ਕੁਸਮ ਮਿਰਗ ਮੈਂ ਖਰਨਾ, ਸਰਬ ਸਰੀਰੀ ਚੜ੍ਹਨਾ, ਚੰਦਨ ਭਗਤਾਂ ਜੋਤਾਂ ਨੇ ਹੀ। ਪਿਆਰੇ ਉਹ ਚੰਦਨ ਅਤੇ ਦੂਜਾ ਰੱਬ ਦਾ ਭਗਤ, ਉਹਦੀ ਜ਼ਾਤ ਕਿਹੜੀ ਤੁਸੀਂ ਦੇਖੋਗੇ। ਚੰਦਨ ਭਗਤਾਂ ਜੋਤ ਅਨੇਕੀ, ਸਰਬੇ ਪਰਮਲ ਕਰਨਾ, ਉਹ ਸਾਰਿਆਂ ਨੂੰ ਸੁਗੰਧੀ ਦਿੰਦਾ। ਅਤੇ ਮਹਾਰਾਜ ਨੇ ਅੱਗੇ 2 ਸ਼ਬਦ ਹੋਰ ਵਰਤੇ, ਘੇ ਪੱਟ ਭਾਂਡਾ ਕਹੇ ਨਾ ਕੋਏ। ਇਹਦੇ ਥੋੜ੍ਹੇ ਜਿਹੇ ਅਰਥ ਧਿਆਨ ਨਾਲ ਸੁਣਿਓ ਆਪ ਜੀ। ਘੇ ਦਾ ਲਫਜ਼ੀ ਅਰਥ ਸੌਖਾ ਜੀ, ਪੰਜਾਬ 'ਚ ਵਰਤਨੇ ਘਿਓ। ਪੱਟ ਦਾ ਲਫਜ਼ੀ ਅਰਥ ਹੈ ਜੀ ਰੇਸ਼ਮ, ਅੱਗੇ ਲਫਜ਼ ਵਰਤਿਆ ਭਾਂਡਾ। ਹੁਣ ਘਿਓ ਅਸੀਂ ਲੈਂਦੇ ਹਾਂ, ਟੀਨ ਵਿੱਚ ਮਿਲ ਜਾਂਦਾ, ਕਾਗਜ਼ ਦਾ ਪਲਾਸਟਿਕ ਦੀ ਪੈਕਿੰਗ ਹੈ। ਪੁਰਾਣੇ ਸਮੇਂ ਬਜ਼ੁਰਗਾਂ ਨੂੰ ਪਤਾ ਹੋਣਾ, ਕੱਚੇ ਚਮੜੇ ਦੇ ਕੁੱਪੇ ਬਣਦੇ ਸਨ, ਮਾਸ ਕੱਚਾ ਲੈ ਕੇ ਉਹਦਾ ਕੁੱਪਾ ਬਣਾਉਣਾ, ਅਤੇ ਉਸ ਕੱਚੇ ਚਮੜੇ ਦੇ ਕੁੱਪੇ ਵਿੱਚ ਘਿਓ ਪਾਇਆ ਜਾਂਦਾ। ਹੁਣ ਜੇ ਉਹਨੂੰ ਪੁੱਛੇ ਬੰਦਾ ਵੀ ਤੂੰ ਸੁੱਚ ਪਿੱਟ ਮੰਨਣਾ, ਇਹ ਕਹੋ ਜੀ ਇਹ ਘਿਓ ਹੈ ਪਰ ਇਹ ਪਸ਼ੂ ਦੇ ਕੱਚੇ ਚਮੜੇ ਦੇ ਕੁੱਪੇ ਵਿੱਚ ਪਾਇਆ ਹੋਇਆ, ਇਹ ਭ੍ਰਿਸ਼ਟ ਗਿਆ। ਉਹ ਕਹਿੰਦਾ ਨਹੀਂ ਨਹੀਂ ਇਹ ਕੋਈ ਨਹੀਂ ਭ੍ਰਿਸ਼ਟ ਹੁੰਦਾ, ਭਾਵੇਂ ਬੰਦੇ ਦਾ ਚੰਮ 'ਚ ਪਾਇਆ ਹੋਵੇ ਅਤੇ ਭਾਵੇਂ ਪਸ਼ੂ ਦੇ ਚੰਮ 'ਚ ਪਾਇਆ ਹੋਵੇ, ਕੀਮਤੀ ਹੈ, ਘਿਓ ਦੀ ਕੋਈ ਸੁੱਚ ਪਿੱਟ ਨਹੀਂ। ਉਂਝ ਕੀੜਾ ਨਿਕਲੇ ਅਸੀਂ ਸਾਰੇ ਮਾਰਨੇ ਹਾਂ, ਰੇਸ਼ਮ ਦੇ ਕੀੜਿਆਂ ਨੂੰ ਤਾਂ ਲੋਕ ਪਾਲਦੇ ਆ ਕਿਉਂਕਿ ਰੇਸ਼ਮ ਕੀਮਤੀ ਹੈ। ਮਹਾਰਾਜ ਕਹਿੰਦੇ ਆ ਸਿੱਖੋ ਕੁਲਵੰਤ ਕੌਣ ਹੈ, ਜਿਵੇਂ ਕੁਸ ਫੁੱਲ ਦੀ, ਸੋਨੇ ਦੀ, ਮਿਰਗ ਮੱਧ ਦੀ, ਘਿਓ ਦੀ, ਰੇਸ਼ਮ ਦੇ ਕੱਪੜੇ ਦੀ ਕੋਈ ਸੁੱਚ ਪਿੱਟ ਨਹੀਂ। ਜਿਸ ਅੰਦਰ ਪਰਮਾਤਮਾ ਦਾ ਨਾਮ ਵਸ ਜਾਏ ਉਹ ਭਾਵੇਂ ਚਮੜਾ ਗੰਢਣ ਵਾਲੇ ਦੇ ਘਰ ਪੈਦਾ ਹੋਵੇ ਅਤੇ ਭਾਵੇਂ ਭਾਂਡੇ ਮਾਂਜਣ ਵਾਲੇ ਦੇ ਘਰ ਹੋਵੇ, ਉਹਦੀ ਕੁੱਲ ਸਭ ਤੋਂ ਉੱਚੀ ਹੋ ਜਾਂਦੀ ਹੈ, ਉਹ ਨਾਮ ਦੀ ਕੁੱਲ ਹੈ। ਇਸ ਕਰਕੇ ਦਾਸ ਬੇਨਤੀ ਕਰੇਗਾ, ਕੇਸਰ ਕੁਸਮ ਮਿਰਗ ਮੈਂ ਖਰਨਾ,
ਸਰਬ ਸਰੀਰੀ ਚੜ੍ਹਨਾ ਚੰਦਨ ਭਗਤਾਂ ਜੋਤ ਅਨੇਕੀ ਸਰਬੇ ਪਰਮਲ ਕਰਨਾ ਘੇ ਪੱਟ ਭਾਂਡਾ ਕਹਿ ਨਾ ਕੋਏ ਐਸਾ ਭਗਤ ਵਰਨਮੈ ਹੋਏ ਤੇਰਾ ਨਾਮ ਨਿਵੈ ਰਹਿ ਲਿਵਲਾਏ ਨਾਨਕ ਤਿੰਨ ਦਰ ਭੀਖਿਆ ਪਾਏ। ਇਹ ਭਾਈ ਹੈ ਉਹਦੀ ਕੁੱਲ ਉੱਚੀ। ਦਾਸ ਨੇ ਪਾਠ ਕਰਦਿਆਂ ਇੱਕ ਦਿਨ ਨਾ ਮਹਾਰਾਜ ਦਾ ਗੁਰੂ ਅਮਰਦਾਸ ਦਾ ਬਚਨ ਹੁੰਦਾ, ਮੈਂ ਅਰਜ਼ ਕੀਤੀ ਗੁਰੂ ਸਾਹਿਬ ਨੇ ਕਿਤੇ ਨਹੀਂ ਲਿਖਿਆ ਕਿ ਬਾਣੀ ਚਮਾਰ ਰਵਿਦਾਸ ਕੀ, ਕਿਤੇ ਨਹੀਂ ਲਿਖਿਆ। ਭਗਤ ਜੀ ਵਰਦੇ ਆ, ਕਹਿ ਰਵਿਦਾਸ ਚਮਾਰ ਹੋਣੇ ਸੀ ਸ਼ਬਦ ਪੜ੍ਹਿਆ। ਨਾਗਰ ਜਨਾ ਮੇਰੀ ਜਾਤ ਬਖਿਆਤ ਚਮਾਰੰਗ। ਹਾਂ ਇੱਕ ਗੱਲ ਬਾਬਾ ਜੀ ਮੈਂ ਸੋਚ ਰਿਹਾ ਸਾਂ, 14 ਭਗਤਾਂ ਦੀ ਬਾਣੀ ਅਤੇ ਸ਼ਬਦ ਭਗਤ ਆਇਆ, ਪਰ ਬਾਬੇ ਫਰੀਦ ਦੇ 3 ਸਿਰਲੇਖ ਆਉਂਦੇ ਨੇ ਉੱਤੇ ਭਗਤ ਆਏ ਨੇ। ਬਾਣੀ ਸ਼ੇਖ ਫਰੀਦ ਕੀ ਆਸਾ ਰਾਗ 'ਚ, ਸੂਈ ਰਾਗ 'ਚ ਅਤੇ ਸਲੋਕ ਜਦੋਂ ਆਉਂਦੇ ਨੇ ਭਗਤ ਆਏ ਹੀ ਨਹੀਂ। ਹਾਲਾਂਕਿ ਭਗਤ ਦੀ ਇੰਟਰਪ੍ਰਿਟੇਸ਼ਨ ਵਿਆਖਿਆ ਸਭ ਤੋਂ ਪਹਿਲਾਂ ਬਾਬੇ ਫਰੀਦ ਨੇ ਕੀਤੀ। ਮਤ ਖੁੰਦੀ ਹੋਏ ਆਣਾ, ਤਾਣ ਖੁੰਦਾ ਹੋਏ ਅਨਤਾਣਾ, ਅਣ ਖੁੰਦਾ ਆਪ ਵੰਡਾਏ ਕੋਈ, ਐਸਾ ਭਗਤ ਸਦਾਏ। ਗੁਰੂ ਨੇ ਆਪਣੇ ਕੋਲੋਂ ਧੱਕੇ ਨਾਲ ਉਹਦੇ ਨਾਮ ਨਾਲ ਭਗਤ ਨਹੀਂ ਲਾਇਆ। ਕਹਿੰਦੇ ਨੇ ਜੇ ਸ਼ੇਖ ਕਹਿ ਕੇ ਸਵੀਕਾਰਿਆ ਜਾਂਦਾ ਸੀ, ਵੀ ਸ਼ਬਦ ਨੂੰ ਸਵੀਕਾਰ ਕਰਨੇ, ਸ਼ੇਖ ਸ਼ਬਦ ਹੈ, ਭਗਤ ਸ਼ਬਦ ਨਹੀਂ ਆਇਆ। ਪਰ ਅਸੀਂ ਕਹਿੰਦੇ ਹਾਂ 15 ਦੀ ਗਿਣਤੀ ਕਰ ਰਹੇ ਹਾਂ, ਸਿਰਲੇਖ ਚਲੋ ਸ਼ੁਰੂ ਹੋ ਜਾਂਦਾ ਬਾਣੀ ਭਗਤਾਂ ਕੀ ਵਿੱਚ ਆ ਗਿਆ। ਪਰ ਉਂਝ ਗੁਰੂ ਸਾਹਿਬ ਨੇ ਨਿੱਜੀ ਕਿਤੇ ਨਹੀਂ ਲਿਖਿਆ। ਨਾਮ ਤਾਂ ਪੂਰਾ ਬਾਬਾ ਜੀ ਦਾ ਇਹ ਸੀ ਨਾ, ਹਜ਼ਰਤ ਸ਼ੇਖ ਬਾਬਾ ਫਰੀਦੁਦੀਨ ਮੁਸਾਏ ਦੇ ਗੰਜੇ ਸ਼ੱਕਰ, ਪੂਰਾ ਨਾਮ ਬਾਬਾ ਫਰੀਦ ਸਾਹਿਬ ਦਾ ਇਹ, ਅਤੇ ਗੁਰੂ ਨਾਨਕ ਸਾਹਿਬ ਤੋਂ 297 ਸਾਲ ਪਹਿਲਾਂ ਹੋਇਆ। ਮੈਂ ਬੇਨਤੀ ਕਰਾਂਗਾ, ਗੁਰੂ ਗ੍ਰੰਥ ਸਾਹਿਬ 'ਚ ਗੁਰੂ ਅਮਰਦਾਸ ਦਾ ਇੱਕ ਬਚਨ ਹੈ, ਤੁਸੀਂ ਹਿਸਟਰੀ ਨੂੰ ਫੋਲ ਕੇ ਦੇਖੋ। ਹਿਸਟਰੀ ਕਹੇਗੀ ਕਿ ਨਾਮਦੇਵ ਛਿੰਬੇ ਨੇ, ਰਵਿਦਾਸ ਸਾਹਿਬ ਚਮਾਰ ਚੰਮ ਦਾ ਕੰਮ ਕਰਦੇ ਨੇ, ਕਬੀਰ ਸਾਹਿਬ ਜੁਲਾਹੇ ਨੇ। ਪਰ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹੋਗੇ ਹਿਸਟਰੀ ਤੋਂ ਵੱਖ ਅਰਥ ਗੁਰੂ ਕਰੇਗਾ ਕਿ ਨਾਮਦੇਵ ਅਤੇ ਕਬੀਰ ਦੋਨੋਂ ਬ੍ਰਾਹਮਣ ਨੇ, ਜਿਹੜਾ ਇਹਨਾਂ ਦੀ ਬਾਣੀ ਪੜ੍ਹੇਗਾ ਉਹਦਾ ਪਾਰ ਉਤਾਰਾ ਹੋਵੇਗਾ। ਨਾਮਾ ਛਿੰਬਾ, ਕਬੀਰ ਜੁਲਾਹਾ, ਪੂਰੇ ਗੁਰ 'ਤੇ ਗੱਤ ਪਾਈ, ਅਗਲੇ ਸ਼ਬਦ ਵਰਤੇ ਮਾਰੇ ਨੇ ਬ੍ਰਹਮ ਕੇ ਬੇਤੇ, ਜੇ ਤੋ ਬ੍ਰਾਹਮਣ ਹੈ, ਇਹ ਬ੍ਰਹਮ ਦੇ ਬੇਤੇ, ਇਹਨਾਂ ਨੂੰ ਜਾਤ 'ਚ ਨਾ ਖਿੱਚੋ, ਉਹਨਾਂ ਦੀ ਕੁੱਲ ਬ੍ਰਾਹਮਣ ਹੈ। ਬ੍ਰਹਮ ਕੇ ਬੇਤੇ ਹੋਮ, ਇਹ ਸ਼ਬਦ ਪਛਾਣਿਆ ਹੋਮ ਮੈਂ ਜਾਤ ਗਵਾਈ, ਸੁਰ ਨਰ ਤਿਨਕੀ ਬਾਣੀ ਗਾਵੇ ਕੋਏ ਨਾ ਮੇਟੈ। ਭਾਈ ਆਹ ਹੈ ਕੁਲਵੰਤ, ਉਹ ਧਨਵੰਤ, ਕੁਲਵੰਤ ਅਤੇ ਗੁਰਮੁਖੋ ਤੀਸਰਾ ਸ਼ਬਦ ਹੈ ਪਤਵੰਤ। ਪਤਵੰਤ ਦਾ ਅਰਥ ਇੱਜ਼ਤ ਵਾਲਾ, ਨਾਮ ਵਾਲੇ ਦੀ ਜਿੰਨੀ ਇੱਜ਼ਤ ਹੈ ਨਾ, ਇੰਨੀ ਕਿਸੇ ਦੀ ਨਹੀਂ। ਮੈਂ ਇੱਥੇ ਇੱਕ ਸਮਾਪਤੀ ਕਰ ਦੇਣਾ, ਟਾਈਮ ਹੋ ਗਿਆ, ਕੋਈ ਨਹੀਂ ਬਾਬਾ ਜੀ। ਆਪਣਾ ਇੱਕ ਇੱਜ਼ਤ ਹੈ ਸੰਸਾਰੀ, ਸੱਚੀ ਹੈ ਜੇ ਜਿੰਨੇ ਮਰਜ਼ੀ ਅਵਾਰਡ ਮਿਲ ਜਾਣ, ਜਿੰਨੀਆਂ ਮਰਜ਼ੀ ਪਦਵੀਆਂ ਮਿਲ ਜਾਣ, ਜਿੱਦਣ ਬੰਦੇ ਮਰਨਾ ਹੈ ਨਾ, ਇੱਕ ਪੀੜ੍ਹੀ ਥੋੜ੍ਹਾ ਜਿਹਾ ਰੱਖ ਲੂਗੀ ਸਾਂਭ ਕੇ, ਦੂਜੀ ਨੇ ਕਹਿਣਾ ਕਿ ਕਾਗਜ਼ ਜਿਹੇ ਟੰਗੇ ਪਏ ਬਾਹਰ ਸੱਟੋ ਇਹਨੂੰ। ਪਤਵਾ ਕਦੀ ਪੱਤ ਸੀ, ਪਰ ਯਾਦ ਰੱਖਿਓ ਜਿਨ੍ਹਾਂ ਮਹਾਂਪੁਰਖਾਂ ਦੀ ਯਾਦ ਤੁਸੀਂ ਬੈਠੇ ਹੋ, 42 ਸਾਲ ਹੋ ਚੱਲੇ ਆ, ਅੱਜ ਰਾਤ ਨੂੰ ਜਦੋਂ ਅੰਮ੍ਰਿਤ ਵੇਲਾ ਹੋਣਾ, ਉਸ ਵੇਲੇ ਉਹ ਘਟਨਾ ਵਾਪਰੀ ਹੈ, ਚਲਾਨਾ ਕੀਤਾ। ਇਕੱਲੇ 42 ਸਾਲ ਨਹੀਂ, ਬੰਦਗੀ ਕਰਨ ਵਾਲਾ 42 ਯੁੱਗ ਵੀ ਜੇ ਧਰਤੀ ਰਹਿ ਗਈ, ਉਹਦੇ ਨਾਮ ਨੂੰ ਕੋਈ ਮੇਟ ਨਹੀਂ ਸਕੇਗਾ। ਇਹਨੂੰ ਇਮੋਸ਼ਨਲ ਹੋਣਾ ਨਾ ਸਮਝਿਓ, ਨਾਮ ਤੋਂ ਬਿਨਾਂ ਕੋਈ ਨਹੀਂ। ਜੇ ਪੱਤ ਗੁਰਮੁਖੋ, ਜਿਹਦੀ ਨਾਮ ਪੱਤ ਢੱਕਦਾ ਉਹ ਰੁਲਦਾ ਹੋਵੇ ਤਾਂ ਵੀ ਉਹ ਬਾਦਸ਼ਾਹ ਹੈ। ਗੁਰੂ ਸਾਹਿਬ ਨੇ ਕਿਹਾ ਜਿਨ ਹਰ ਮਨ ਵਸਿਆ
ਸੇ ਦਰ ਸਾਚੇ, ਦਰ ਸਾਚੇ ਸਚਿਆਰਾ, ਉਹਨਾਂ ਦੀ ਸ਼ੋਭਾ ਜੁਗ ਜੁਗ ਹੋਈ, ਕੋਈ ਨਾ ਮੇਟਣ ਖਾਰਾ। ਚੱਲਿਆ ਪੱਤ ਸਿਓ ਜਨਮ ਸਵਾਰ, ਵਾਜਾ ਵਾਏ ਸੀ ਪਿਆਰਿਓ। ਜਾਂਦਾ ਤੁਰਦਾ ਪੱਤ ਨਾਲ ਜਾਂਦਾ। ਮੈਂ ਪਿਛਲੇ ਤੋਂ ਪਿਛਲੇ ਸਾਲ ਕਿਹਾ, ਚਲੋ ਯੂਟਿਊਬ 'ਤੇ ਵੀ ਪਾਈ ਸ਼ਾਇਦ ਕਥਾ ਇੱਥੋਂ, ਕਿ ਜਥੇਦਾਰ ਬਾਬਾ ਮਹਿੰਦਰ ਸਿੰਘ ਜੀ ਉਹਨਾਂ ਨੇ ਆਖਰੀ ਕੀਰਤਨ ਦੀਆਂ ਜਦੋਂ ਸੁਰਾਂ ਉੱਚੀਆਂ ਲਾਈਆਂ, ਉਹ ਜਵਾਨੀ ਵਾਲੀਆਂ ਚੇਤੇ ਆ ਗਈਆਂ, ਅਤੇ ਉਹਨਾਂ ਨੇ ਇਹੀ ਸੇਵਾ ਕਰਦਿਆਂ ਪੁੱਛਿਆ ਕਿ ਮਹਾਂਪੁਰਖੋ ਅੱਜ ਬਚਨ ਕੈਸੇ, ਅੱਜ ਸੁਰਾਂ ਕੈਸੀਆਂ, ਸ਼ਬਦ ਜੋ ਅਸੀਂ ਤਾਂ ਲਿਖੇ ਪੜ੍ਹੇ ਨੇ ਜੀ, ਅੱਜ ਸੁਰਾਂ ਉਹ ਬਚਨ। ਹੱਸ ਕੇ ਕਹਿਣ ਲੱਗੇ, ਜਿਸ ਪਰਮਾਤਮਾ ਨੇ ਦਾਤ ਦਿੱਤੀ ਸੀ, ਜਿਸ ਤਰ੍ਹਾਂ ਲਈ ਸੀ ਉਸ ਤਰ੍ਹਾਂ ਜਾਵਾਂਗੇ। ਅਕਸਰ ਲੋਕ ਵਾਪਸ ਕਰਦਿਆਂ ਅੱਖਾਂ ਫੇਰ ਜਾਂਦੇ ਆ, ਅਸੀਂ ਵਾਪਸ ਕਰਦਿਆਂ ਅੱਖਾਂ ਨਹੀਂ ਫੇਰਾਂਗੇ। ਮੈਂ ਇੱਕ ਬੇਨਤੀ ਕਰਾਂਗਾ ਗੁਰਮੁਖੋ, ਆਹ ਪੱਤ ਕਾਹਦੀ ਜਿਹੜੀ ਆਹ ਪੱਤ ਜੇ ਨਾ ਇਹਦੇ ਇਹਨੂੰ ਬਸ ਇੰਨਾ ਕੁ ਸਮਝ ਲਓ, ਇੰਨਾ ਪਤਵੰਤ ਕੋਈ ਨਹੀਂ ਜੋ ਹੋਇਆ ਜਿੰਨਾ ਬਾਬੇ ਨਾਨਕ ਨੇ ਜਪਜੀ ਸਾਹਿਬ 'ਚ ਕਹਿ ਦਿੱਤਾ। ਆਹ ਪੌੜੀ ਜੀ, ਸੱਤਵੀਂ ਪੌੜੀ, ਜੇ ਜੁਗ ਚਾਰੇ ਆਰ ਜਾ, ਇਹ ਪਤਵੰਤ ਏ ਦੁਨੀਆਂ ਦਾ। ਜੇ ਜੁਗ ਚਾਰੇ ਆਰ ਜਾ, ਹੋਰ ਦਸੂਣੀ ਹੋਏ ਨਵਾਂ ਖੰਡਾਂ ਵੀ ਜਾਣੀਆਂ ਨਾਲ ਚੱਲੇ ਸਭ ਕੋਈ। ਚੰਗਾ ਨਾਉਂ ਰਖਾਏ ਕਹਿ ਪਤਵੰਤ ਏ ਨਾ, ਚੰਗਾ ਨਾਉਂ ਰਖਾਏ ਕਹਿ ਯਸ ਕੀਰਤ ਜਗ ਲੇ। ਜੇ ਤਿਸ ਨਦਰ ਨਾ ਆਵੀ ਤਾਂ ਵਾਤ ਨਾ ਪੁੱਛੇ, ਕਿ ਗੁਰਮੁਖੋ ਕੁੱਲ ਵੀ ਉਹਦੀ ਉੱਚੀ ਜਿਹੜਾ ਨਾਮ ਨਾਲ ਜੁੜਿਆ, ਧਨਾੜ ਵੀ ਉਹ ਵੇ ਜਿਹਦੇ ਅੰਦਰ ਬੰਦਗੀ ਹੈ, ਅਤੇ ਪੱਤ ਵਾਲਾ ਵੀ ਉਹ ਵੇ ਜਿਹਨੂੰ ਗੁਰੂ ਨੇ ਸ਼ਬਦ ਦੇ ਦਿੱਤਾ। ਫਿਰ ਉਹਦੀ ਪੱਤ ਦੁਨੀਆਂ ਦੀ ਮੁਥਾਜੀ ਨਹੀਂ, ਉਹ ਤਾਂ ਕਹਿੰਦਾ ਨਿਰਗੁਣ ਰਾਖ ਲਿਆ, ਸੰਤਨ ਕਾ ਸਦਕਾ ਸਤਿਗੁਰ ਢਾਕ ਲਿਆ, ਮੂਹੇ ਪਾਪੀ ਪੜਦਾ। ਉਹ ਕਹਿੰਦਾ ਪ੍ਰੇਮ ਪਟੋਲਾ ਤੈਂ ਸਹਿ ਦਿੱਤਾ, ਢੱਕਣ ਕੋ ਪੱਤ ਮੋਰੀ ਮੇਰੀ। ਜਿਨ੍ਹਾਂ ਨੂੰ ਪ੍ਰੇਮ ਦਾ ਪਟੋਲਾ ਮਿਲ ਜਾਏ ਪਤਵੰਤ ਉਹੀ ਹੁੰਦੇ ਨੇ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ। ਤੀਸਰੀ ਹਾਜ਼ਰੀ ਸ਼ਾਮ ਦੇ ਦੀਵਾਨ 'ਚ 9 ਵਜੇ, ਕਿਉਂਕਿ ਦਾਸ ਨੇ ਅੱਗੇ 3:30 ਵਜੇ ਫਲਾਈਟ ਹੈ, ਅਮੈਰੀਕਾ ਜਾਣਾ ਹੈ, ਅਤੇ ਇਸ ਕਰਕੇ ਰੁਕਿਆ ਸਾਂ ਕਿ ਬਰਸੀ 'ਤੇ ਨਮਸਕਾਰ ਕਰ ਲਵਾਂ। ਅਤੇ ਤੁਸੀਂ ਅਰਦਾਸ ਕਰਿਓ, ਜਿੱਥੇ ਮਰਜ਼ੀ ਹੋਵਾਂ ਦੁਨੀਆਂ 'ਚ, ਇਹ ਦਿਨ ਮੈਂ ਜ਼ਰੂਰ ਨਤਮਸਤਕ ਕਰਨ ਵਾਸਤੇ ਆ ਸਕਾਂ। ਅਸੀਸ ਬਖਸ਼ਿਓ ਸਨਮਾਨਯੋਗ ਬਾਬਾ ਬਲਜਿੰਦਰ ਸਿੰਘ ਜੀ, ਸਮੁੱਚੇ ਪ੍ਰਬੰਧ ਦਾ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।